ਦਿੱਲੀ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ ਤੇ ਅਸੀਂ ਪੰਜਾਬੀ ਹਾਂ ਸਾਨੂੰ ਪੰਜਾਬ ਨਾਲ ਪਿਆਰ ਹੈ ਪੰਜਾਬੀ ਬੋਲੀ ਨਾਲ ਪੰਜਾਬੀ ਬੋਲਣ ਵਾਲਿਆਂ ਨਾਲ ਪਿਆਰ ਹੈ ਦੁਨੀਆ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਰਹਿੰਦੇ ਹਨ ਉਹਨਾਂ ਨਾਲ ਸਾਡੀ ਇੱਕ ਸਕਾਫਤੀ ਸਾਂਝ ਹੈ ਕਲਚਰਲ ਸਾਂਝ ਹੈ ਸਾਡੇ ਰੀਤੀ ਰਿਵਾਜ ਬੋਲੀ ਮੁਹਾਵਰੇ ਗਾਣੇ ਚੁਟਕਲੇ ਜੁਗਤਾਂ ਸਭ ਸਾਂਝੀਆਂ ਹਨ ਦੋਹਾਂ ਪੰਜਾਬਾਂ ਵਿਚਲੀ ਸਾਂਝ ਬਾਰੇ ਮੈਂ ਹੁਣ ਦਹਾਕਿਆਂ ਤੋਂ ਸੁਣਦਾ ਆ ਰਿਹਾ ਹਾਂ ਸੁਣਦਾ ਤਾਂ ਇਹ ਵੀ ਹਾਂ ਕਿ ਅਸੀਂ ਹਮਸਾਏ ਹਾਂ ਹਮਸਾਏ ਜਿਨ੍ਹਾਂ ਦਾ ਪਰਛਾਵਾਂ ਸਾਂਝਾ ਹੋਵੇ 47 ਦੇ ਪਿੱਛੇ ਪੰਜਾਬੀ ਅੱਜ ਵੀ ਵੰਡ ਦੇ ਦੁੱਖੜੇ ਰੋਂਦੇ ਹਨ ਕਰਤਾਰਪੁਰ ਦੇ ਕੋਰੀਡੋਰ ਨੇ ਜਿਹੜੀਆਂ ਮਿਲਣੀਆਂ ਵੇਖੀਆਂ ਨੇ ਉਹਨੇ ਅਥਰੂਆਂ ਦੇ ਬੜੇ ਦਰਿਆ ਵਹਾਏ ਨੇ ਦੋਹੀਂ ਪਾਸੇ ਅਤੇ ਕੰਡਿਆਲੀ ਤਾਰ ਉੱਤੇ ਫੁੱਲ ਖਿੜਨ ਬਾਰੇ ਗਾਣਿਆਂ ਦੀ ਤਾਂ ਖੈਰ ਕੋਈ ਕਮੀ ਨਹੀਂ ਪੜ੍ਹਿਆ ਹੋਵੇ ਕੋਈ ਪੰਜਾਬੀ ਜਾਂ ਅਨਪੜ੍ਹ ਇੰਨਾ ਜ਼ਰੂਰ ਹਰ ਕੋਈ ਜਾਣਦਾ ਹੈ ਕਿ ਸਾਡਾ ਬਾਬਾ ਬੁੱਲੇ ਸ਼ਾਹ ਵਾਰਸ ਸ਼ਾਹ ਜਾਂ ਉਹ ਸ਼ਕਰਗੰਜ ਵਾਲੇ ਹਜ਼ਰਤ ਬਾਬਾ ਫਰੀਦ ਉੱਤੇ ਬਰਾਬਰ ਦਾ ਹੱਕ ਹੈ ਅਸੀਂ ਤਾਂ ਕਦੀ ਗੋਲਿਆ ਹੀ ਨਹੀਂ ਕਿ ਮਹਿੰਦੀ ਹਸਨ ਜਾਂ ਮਲਿਕਾ ਪੁਖਰਾਜ ਹਿੰਦੁਸਤਾਨੀ ਹਨ ਕਿ ਪਾਕਿਸਤਾਨੀ ਹਨ ਇੱਕੋ ਜਿਹੀ ਮੁਹੱਬਤ ਨਾਲ ਸੁਣਦੇ ਹਾਂ ਲੈਂਦੇ ਅਤੇ ਚੜ੍ਹਦੇ ਜੁੜੇ ਤਾਂ ਇਸ ਕਦਰ ਹਾਂ ਕਿ ਸਵੇਰ ਸ਼ਾਮ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਨੂੰ ਸਹਿਕਦੇ ਹਾਂ ਕੰਡਿਆਲੀ ਤਾਰ ਲੱਗ ਜਾਵੇ ਵਿੱਚ ਤੋਪਾਂ ਖੜੀਆਂ ਹੋ ਜਾਣ ਜੇਬਾਂ ਵਿੱਚ ਦੋਹੀਂ ਪਾਸੇ ਐਟਮ ਬੰਬ ਹੋਵਣ ਅਤੇ ਇੰਨੇ ਨਾਲ ਥੋੜ੍ਹਾ ਅਸੀਂ ਨਨਕਾਣਾ ਸਾਹਿਬ ਦੇ ਹੱਕ ਮਾਲਕਾਨਾ ਛੱਡ ਦੇਵਾਂਗੇ ਪਰ ਸਾਨੂੰ ਕੁਝ ਪਤਾ ਵੀ ਹੈ ਕਿ ਗਵਾਂਢ ਉਸ ਪੰਜਾਬ ਨਾਲ ਕੀ ਹੋ ਰਿਹਾ ਉਸ ਪਾਕਿਸਤਾਨ ਵਿੱਚ ਕੀ ਹੋ ਰਿਹਾ ਜਿਸ ਨੂੰ ਦੂਜਾ ਮੁਲਕ ਕਹਿੰਦੇ ਨੇ ਯਾਦ ਰਹੇ ਕਿ ਪਾਕਿਸਤਾਨ ਅਤੇ ਪਾਕਿਸਤਾਨੀ ਪੰਜਾਬ ਵਿਚਲਾ ਰਿਸ਼ਤਾ ਸਾਡੇ ਨਾਲੋਂ ਥੋੜ੍ਹਾ ਜਿਹਾ ਵੱਖਰਾ ਹੈ ਪਾਕਿਸਤਾਨ ਦੀ ਅੱਧੀ ਵਸੋਂ ਪੰਜਾਬੀ ਹੈ ਪਾਕਿਸਤਾਨ ਦਾ ਚੌਥਾਈ ਹਿੱਸਾ ਏਰੀਆ ਵਾਈਜ਼ ਪੰਜਾਬ ਹੈ ਅਤੇ ਮੁਲਕ ਉੱਤੇ ਲੰਮਾ ਸਮਾਂ ਰਾਜ ਪੰਜਾਬੀਆਂ ਦਾ ਰਿਹਾ ਅੱਜ ਵੀ ਭਾਊ ਦੋਨੋਂ ਸ਼ਰੀਫ ਜੇ ਭਾਊ ਲਾਹੌਰ ਵਾਲੇ ਉਹੀ ਰਾਜ ਕਰ ਰਹੇ ਨੇ ਇੱਕ ਲੰਡਨ ਤੋਂ ਬੈਠ ਕੇ ਇੱਕ ਇਸਲਾਮਾਬਾਦ 'ਚ ਬੈਠ ਕੇ ਪਰ ਅੱਜ ਪਾਕਿਸਤਾਨ ਦਾ ਕੀ ਹਾਲ ਹੈ ਮੁਲਕ ਪਾਟਿਆ ਪਿਆ ਹੈ ਮੁਲਕ ਦੀ ਆਲਾ ਅਦਾਲਤ ਰਿਆਸਤ ਨਾਲ ਟੱਕਰ ਰਹਿ ਰਹੀ ਹੈ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਉੱਤੇ ਗੋਲੀਆਂ ਚੱਲ ਗਈਆਂ ਕੋਈ ਕਹਿ ਰਿਹਾ 4 ਗੋਲੀਆਂ ਵੱਜ ਗਈਆਂ ਅਤੇ ਕੋਈ ਉਹਦੀ FIR ਰਜਿਸਟਰ ਨਹੀਂ ਸੀ ਕਰ ਰਿਹਾ ਵੱਡੇ ਵੱਡੇ ਸਿਆਸੀ ਕਾਰਕੁਨ ਚੁੱਕ ਕੇ ਉਹਨਾਂ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਇਮਰਾਨ ਖਾਨ ਮੁਲਕ ਵਿੱਚ ਫੌਰੀ ਇਲੈਕਸ਼ਨ ਮੰਗ ਰਿਹਾ ਸੀ ਔਰ ਬੜੀ ਹੱਕੀ ਡਿਮਾਂਡ ਸੀ ਬੜੀ ਜਸਟ ਡਿਮਾਂਡ ਸੀ ਵੈਸੇ ਵੀ ਅਕਤੂਬਰ ਤੱਕ ਇਲੈਕਸ਼ਨ ਹੋਣੇ ਹੀ ਸਨ ਪਰ ਫੌਜ ਨਾਲ ਵਿਗੜ ਗਈ ਸੋ ਉਹਨੇ ਪ੍ਰੈਸ਼ਰਾਈਜ਼ ਕਰਨਾ ਸੀ ਉਹਨੇ ਪੰਜਾਬ ਅਤੇ ਖੈਬਰ ਪਖਤੂਨਖਵਾ ਵਿੱਚ ਜਿੱਥੇ ਉਹਦੀ ਪਾਰਟੀ ਦਾ ਰਾਜ ਸੀ ਅਸੈਂਬਲੀਆਂ ਤੋੜ ਦਿੱਤੀਆਂ ਤਹਿਲੀਲ ਕਰ ਦਿੱਤੀਆਂ ਤਾਂ ਜੋ ਕੇਂਦਰ ਨੂੰ ਮਜਬੂਰ ਕਰੇ ਕਿ ਪਾਰਲੀਮੈਂਟ ਦੀ ਭਾਈ ਇਲੈਕਸ਼ਨ ਕਰਾਓ ਤੁਸੀਂ ਜਦੋਂ ਪੰਜਾਬ ਅਤੇ ਖੈਬਰ ਪਖਤੂਨਖਵਾ 'ਚ ਇਲੈਕਸ਼ਨ ਹੋਣਗੀਆਂ ਤਾਂ ਪਾਰਲੀਮੈਂਟ ਦੀ ਕਰਾਉਣੀ ਪਏਗੀ ਕਿਉਂਕਿ ਅੱਧੇ ਤੋਂ ਜ਼ਿਆਦਾ ਮੁਲਕ ਵਿੱਚ ਤਾਂ ਵੈਸੇ ਹੀ ਇਲੈਕਸ਼ਨ ਹੋ ਰਹੀ ਹੋਵੇਗੀ ਪਰ ਫੌਜ ਸ਼ਰੀਫਾਂ ਨਾਲ ਰਲ ਗਈ ਸੀ ਇਸ ਲਈ ਬਸ ਕਿੱਥੇ ਚੱਲਦਾ ਇਮਰਾਨ ਖਾਨ ਰਾਣ ਨੂੰ ਉਹਨਾਂ ਨੇ ਪਹਿਲਾਂ ਕਿਹਾ ਕਿ ਅੱਛਾ ਜੀ ਤੁਸੀਂ ਅਸੈਂਬਲੀਆਂ ਤੋੜ ਦਿੱਤੀਆਂ ਅਤੇ ਅਸੀਂ ਸਿਰਫ ਪੰਜਾਬ ਅਤੇ ਖੈਬਰ ਪਖਤੂਨਖਵਾ ਵਿੱਚ ਚੋਣਾਂ ਕਰਵਾ ਦਿੰਦੇ ਹਾਂ ਹੁਣ ਉਹ ਉੱਥੋਂ ਵੀ ਭੱਜ ਰਹੇ ਨੇ ਸੰਵਿਧਾਨ ਵਿੱਚ ਲਿਖਿਆ ਕਿ ਅਸੈਂਬਲੀ ਟੁੱਟਣ ਤੋਂ 90 ਦਿਨ ਦੇ ਅੰਦਰ ਅੰਦਰ ਇਲੈਕਸ਼ਨ ਹੋਣੀ ਚਾਹੀਦੀ ਹੈ ਅਤੇ ਕੋਈ ਪਤਲੀ ਗਲੀ ਨਹੀਂ ਕੋਨਸਟੀਟਿਊਸ਼ਨ ਦੇ ਵਿੱਚ ਕਿ ਤੁਸੀਂ ਚੋਣਾਂ ਤੋਂ ਭੱਜ ਸਕੋ ਪਰ ਪਾਕਿਸਤਾਨ 'ਚ ਸੰਵਿਧਾਨ ਨੂੰ ਕੌਣ ਮੰਨਦਾ ਬਟ ਵਾਈ ਸ਼ੁੱਡ ਯੂ ਬੀ ਇੰਟਰਸਟਿਡ ਤੁਹਾਨੂੰ ਇਸ ਸਭ ਕਰਕੇ ਵਿੱਚ ਕਿਉਂ ਦਿਲਚਸਪੀ ਹੋਵੇ ਸਾਡੇ ਇੱਥੇ ਆਪਣੇ ਪੰਜਾਬ ਦੀਆਂ ਗੱਲਾਂ ਘੱਟ ਨੇ ਉਹ ਆਪਾਂ ਹੁਣੇ ਗੱਲ ਕੀਤੀ ਸੀ ਨਾ ਕਿ ਅਸੀਂ ਭਰਾ ਭਰਾ ਹਾਂ ਚੜ੍ਹਦੇ ਵਾਲੇ ਅਤੇ ਲਹਿੰਦੇ ਵਾਲੇ ਸੁਣੋ ਫਿਰ ਆਪਣੇ ਭਰਾਵਾਂ ਦਾ ਮਸਲਾ ਮਹਿੰਗਾਈ ਉੱਥੇ ਅਸਮਾਨ ਉੱਤੇ ਹੈ 45% ਰੇਟ ਆਫ ਇਨਫਲੇਸ਼ਨ 45% ਰੋਟੀ ਨਹੀਂ ਮਿਲ ਰਹੀ ਖਾਣ ਨੂੰ ਆਟਾ ਨਹੀਂ ਮਿਲ ਰਿਹਾ ਸਰਦਾ ਪੁੱਜਦਾ ਬੰਦਾ ਪਾਕਿਸਤਾਨੀ ਦੇ ਵਿੱਚ ਸਰਦਾ ਪੁੱਜਦਾ ਤੁਹਾਡਾ ਪੰਜਾਬੀ ਭਰਾ ਭੈਣ ਸਬਜ਼ੀ ਨਹੀਂ ਖਰੀਦ ਸਕਦਾ ਪੈਟਰੋਲ 250 ਰੁਪਏ ਲੀਟਰ ਉੱਤੇ ਟੱਪ ਚੁੱਕਾ ਹੈ ਬਿਜਲੀ ਦਾ ਯੂਨਿਟ 40 ਰੁਪਏ ਦਾ ਸਿੰਗਲ ਯੂਨਿਟ ਹੈ ਅਤੇ IMF ਕਹਿ ਕੇ ਗਿਆ ਕਿ ਫਟਾਫਟ ਇਹਦੇ ਰੇਟ ਹੋਰ ਵਧਾ ਦਿਓ ਅਤੇ ਪਤਾ ਨਹੀਂ ਕਿੰਨੇ ਪੰਜਾਬੀ ਉਹ ਸਾਡੇ ਹਮਸਾਏ ਸਸਤਾ ਸਰਕਾਰੀ ਆਟਾ ਲੈਣ ਵਾਲੀਆਂ ਲਾਈਨਾਂ ਵਿੱਚ ਧੱਕੇ ਖਾਂਦੇ ਆਪਣੇ ਵਰਗੇ ਹੋਰਨਾਂ ਗਰੀਬ ਪੰਜਾਬੀਆਂ ਦੇ ਪੈਰਾਂ ਥੱਲੇ ਆ ਕੇ ਕੁਚਲੇ ਜਾ ਚੁੱਕੇ ਨੇ ਮਰ ਗਏ ਨੇ ਲਾਸ਼ਾਂ ਉੱਠ ਗਈਆਂ ਦਫਨ ਹੋ ਗਈਆਂ ਨੇ ਇਹ ਸਭ ਕੁਝ ਪਿਛਲੇ ਕੁਝ ਹਫ਼ਤਿਆਂ ਵਿੱਚ ਹੀ ਹੋ ਰਿਹਾ ਜੋ ਕੁਝ ਕੱਲ੍ਹ ਸ਼ਨੀਵਾਰ ਨੂੰ ਹੋਇਆ ਮੇਰੇ ਸੱਚੇ ਪਾਤਸ਼ਾਹ ਦੇ ਵਰਸਾਏ ਨਨਕਾਣਾ ਸਾਹਿਬ ਵਿੱਚ ਉਹਦੀ ਵੀ ਗੱਲ ਕਰਾਂਗੇ ਪਰ ਪਹਿਲਾਂ ਕੰਡਿਆਲੀ ਤਾਰ ਦੇ ਪਰਲੇ ਬੰਨੇ ਝਾਤੀ ਤਾਂ ਮਾਰ ਲਈਏ ਕੋਈ ਕੋਰੀਡੋਰ ਤਾਂ ਬਣਾ ਲਈਏ ਕਿ ਸਿਰਫ ਕੋਰੀਡੋਰ ਨੂੰ ਅਸੀਂ ਕੋਈ ਟੂਰਿਜ਼ਮ ਦਾ ਅੱਡਾ ਬਣਾ ਰੱਖਿਆ
ते संगत परले पासे दी बारे कुछ नहीं जानना चाहते। साढ़े नाल इस चर्चा में जुड़ रहे हैं प्रोफेसर मुहम्मद खालिद जी, पोलिटिकल साइंस के प्रोफेसर हैं और खास तौर के उत्ते जिहड़े साढ़े गुआंढी मुल्क ने दक्षिणी एशिया के उन्हां दी सियासत नूं बहुत नेड़े समझते हैं। साढ़े नाल सीनियर पत्रकार शिविंदर सिंह जी ने, शिविंदर सिंह जी फ्रीलांस पत्रकार ने, सूही सवेर के एडिटर ने, कारवां अते होर नुमाया मैगजीन्स दे विच, देश दीआं वड्डीआं वैबसाइट्स दे विच अक्सर दक्षिणी एशिया दे विच अमन बारे, दोहां पंजाबां दे रिश्तियां बारे, चढ़दे ते लहिंदे दीआं सांझां बारे लिखते रहिंदे ने। पाकिस्तान दे विच वी ते हिंदुस्तान दे विच वी अपनी इस टर्फ दे उत्ते महारत जाने जांदे ने। प्रोफेसर खालिद, ये जो कुछ पाकिस्तान दे विच हो रहा, जो अज हालात ने, पंजाबी तो बहुत ज़्यादा क्लेम करते हैं कि साडा उधर भरावां वाला रिश्ता हैगा, क्यों पाकिस्तान बारे गल नहीं होंदी? मैं जो हिंदुस्तान दे विच जे पाकिस्तान बारे कोई गल अज दी डेट दे विच हुंदी देख भी रहा तो नुमाया तौर पर यह है कि देख लिया की हाल है, वड्डे आइटम बम लई फिरदे सी, तुसीं तां मर चले हो, तुहाडे कोल तां रोटी नहीं लभदी, तुहानूं तां आटा नहीं लभदा, वी आर आलमोस्ट सैलीब्रेटिंग कि जिहड़ा साडा अपने साडा दुश्मन समझदा सी, सानूं आइटम बम दिखांदा सी, अक्खां दिखांदा सी, अज उह रुलदा फिरदा। बट ਕਿਵੇਂ ਸਾਨੂੰ ਪਾਕਿਸਤਾਨ ਨੂੰ ਦੇਖਣਾ ਚਾਹੀਦਾ ਹੈ ਅਤੇ ਜੇ ਹਾਲਾਤ ਉੱਥੇ ਇੱਦਾਂ ਭੈੜੇ ਹੋ ਗਏ, ਇਸ ਤੋਂ ਅੱਗੇ ਗੱਲ ਵੱਧ ਗਈ, ਉੱਥੇ ਭੁੱਖਮਰੀ ਫੈਲ ਗਈ, ਤਾਂ ਫਿਰ ਕਿਸ ਕਿਸਮ ਦੇ ਖਤਰੇ ਸਾਡੇ ਲਈ ਹੋ ਸਕਦੇ ਨੇ? ਦੇਖੋ, ਇੱਦਾਂ ਹੈ ਕਿ ਪਾਕਿਸਤਾਨ ਆਪਾਂ ਸਭ ਨੂੰ ਪਤਾ ਬਣਾਇਆ ਗਿਆ ਥਾ ਇਸ ਕਰਕੇ ਕਿ ਇਸਲਾਮ ਦੇ ਨਾਂ 'ਤੇ ਪਾਕਿਸਤਾਨ ਬਣਾਇਆ ਗਿਆ। ਲੇਕਿਨ ਆਪਾਂ ਦੇਖਦੇ ਹਾਂ ਕਿ ਤਕਰੀਬਨ 180 ਕੰਟਰੀਆਂ ਦੇ ਵਿੱਚੋਂ 174ਵਾਂ ਮੋਸਟ ਕਰਪਟ ਸੁਸਾਇਟੀ ਪਾਕਿਸਤਾਨ ਦੀ ਅੱਜ ਸਰਟੀਫਾਈਡ ਰਿਪੋਰਟਾਂ ਦੇ ਵਿੱਚ, ਰਿਪੋਰਟ ਟ੍ਰਾਂਸਪੇਰੈਂਸੀ ਦੀਆਂ ਰਿਪੋਰਟਾਂ ਨੇ। साउथ एशिया दे विच बांग्लादेश तो भी नीचे पाकिस्तान की इकोनॉमी है। बिल्कुल, तो होर जिन्नी भी इकोनॉमी पाकिस्तान की इस वेले है इन्नी ज़्यादा जिन्हों कहते हैं वीक फुटिंग दे उपर है कि वह किसी भी वेले धड़म करके गिर सकती है, बल्कि तो गिरी हुई है। एक्चुअली तो डिफॉल्ट कर चुके हैं, कर चुके हैं, टेक्निकली डिफॉल्ट नहीं, टेक्निकली। देखो तुसी एफएटीएफ दे लिस्ट ते 4 साल ग्रे लिस्ट ते रहे हो, हुण मुड़के थोड़े जे निकले सीगे, आईएमएफ तुहानू कर्जा देण वास्ते। एफएटीएफ ओ अंतरराष्ट्रीय आधार है जिहड़ा ए ध्यान रखदा है कि तुहाडे मुल्क दे विचों कोई चोर मुरियां तुहाडे बैंकिंग फाइनेंशियल इकोनॉमिक सिस्टम च इहो जिहियां तां नहीं कि टेररिज्म लई, आतंकवाद लई ओ पैसा किधरों लीक हुंदा होवे। उसके बाद उन्होंने एफएटीएफ ने पाकिस्तान नु ग्रे लिस्ट में बड़ी देर 4 साल रहा, तो बड़ी मुश्किल हुन निकलिया। अच्छा, उसके बाद तुसी देखो आईएमएफ तुहानू बेल आउट करने वास्ते तैयार नहीं है, तुहाडे कोल दो फाइनेंसर है, एक चाइना एक सऊदी अरेबिया। बिल्कुल, लेकिन वो भी फाइनेंसिंग कित्थे तक करदे रहणगे? जे तुसी फाइनेंसिंग करके पहला तो ही आईएमएफ वर्ल्ड बैंक तो जिहड़ा पैसा आउंदा रहा वो जिस काम वास्ते आया वो काम वास्ते कदे नहीं लग्या या बहुत आंशिक रूप से। मुल्क दा तुसी हाल देखो, नौजवान बच्चा पाकिस्तान दा किद्दां सोचदा होगा, मैं देख रहा सी जी शाहबाज शरीफ कह रहे ने, वो कहंदे ने मैं किसी भी मुल्क जाना तो वो इदां समझदे ने भी फिर कुछ मंगन आ गया, मैं मांगने नहीं आता पर क्या करे मजबूरी है। उधर प्रधानमंत्री कह रहे क्या करे मजबूरी है, दे दो कुछ। तुसी देखो भी अज भी उत्थे दी एग्रीकल्चर सेक्टर डोमिनेट कर रहा, जेडियां भी प्रोग्रेसिव सोसाइटीज़ हैं, जेडी भी डिवेलप्ड सोसाइटी हैं, उत्थे एग्रीकल्चर दा मार्जिन जीडीपी दे विच घट हुंदा चला जांदा, उत्थे उत्थे कांस्टेंट, ये तां 20% तों थल्ले आ रहा। उसते बाद तुसी सर्विस सेक्टर तुहाडा ग्रो नहीं कर रहा जिहड़ा कि होना चाहिए, इंडस्ट्री तुहाडी ग्रो नहीं कर रही, तुहाडे कोल रिसोर्सिज़ नैचुरल रिसोर्सिज़ तुहाडे कोल, पाकिस्तान बड़े बड़ी देर तों सी सीगा, हुण तां हालात बहुत वर्स्ट ते आ चुके ने, नैचुरल रिसोर्सिज़ तुहाडे कोल कोई नहीं हैगे, ਤੁਹਾਡਾ ਜਿਹੜਾ ਹੈਗਾ ਪਾਕ ਸੀ ਪੈਕ ਜਿਹੜਾ ਹੈਗਾ ਉਹ ਡੋਲਡਰਮ ਦੇ ਵਿੱਚ ਹੈ ਜਿੱਥੋਂ ਤੁਸੀਂ ਕਹਿੰਦੇ ਬਹੁਤ ਰੈਵਨਿਊ ਆਏਗਾ, ਇੰਡੀਆ ਦੇ ਨਾਲ ਤੁਹਾਡੀ ਕੋਈ ਕੋਆਪਰੇਸ਼ਨ ਨਹੀਂ ਹੈ ਜਿੱਥੇ ਤੁਸੀਂ ਪਾਈਪ ਲਾਈਨਾਂ ਵਿਛਾ ਕੇ ਰੈਵਨਿਊ ਇਕੱਠਾ ਕਰ ਸਕਦੇ ਸੀ। ਦੱਸੋ ਇਹ ਜੋ ਤੁਸੀਂ ਦੱਸ ਰਹੇ ਹੋ ਇਹ 6 ਮਹੀਨੇ ਪਹਿਲਾਂ ਵੀ ਸੱਚ ਸੀ, ਮਾਈ ਪ੍ਰੋਬਲਮ ਇਜ਼ ਕਿ ਪਿਛਲੇ 6 ਮਹੀਨੇ ਕੀ ਪਿਛਲੇ 6 ਹਫ਼ਤੇ ਤੇ ਫਿਰ ਪਿਛਲੇ 6 ਦਿਨ ਆ ਹੁਣ 6-6 ਘੰਟਿਆਂ ਦੇ ਹਿਸਾਬ ਨਾਲ ਸਿਚੁਏਸ਼ਨ ਉੱਥੇ ਦੇਖ ਕੇ ਡਰ ਲੱਗ ਰਿਹਾ ਹੈ ਲਗਾਤਾਰ, ਉਹ ਜਿਹੜੀ ਸਿਚੁਏਸ਼ਨ ਹੋਰ ਜ਼ਿਆਦਾ ਜਿਹੜੀ ਵਰਸਨ ਹੋ ਰਹੀ ਹੈ ਉਹ ਉੱਥੇ ਦੀ ਪੋਲੀਟੀਕਲ ਇਨਸਟੇਬਿਲਿਟੀ ਹੈ। ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਇਮਰਾਨ ਖਾਨ ਨੂੰ ਥੱਲੇ ਲਾਤਾ, ਉਸ ਤੋਂ ਬਾਅਦ ਉਹਨੇ ਕਿਹਾ ਜੀ ਇਲੈਕਸ਼ਨ ਕਰਵਾਓ, ਹੁਣ ਉੱਥੇ ਜ਼ੋਰ ਬਜਾਇ ਇਲੈਕਸ਼ਨ ਦੇ ਇਹ ਲੱਗਿਆ ਹੋਇਆ ਹੈ ਕਿ ਇਮਰਾਨ ਖਾਨ ਨੂੰ ਕਿਵੇਂ ਆਪਾਂ ਇਲੈਕਸ਼ਨ ਲੜਨ ਤੋਂ ਹੀ ਨਾਹਿਲ ਕਰਾਰ ਦਵਾ ਦਈਏ, ਡਿਸਕੁਆਲੀਫਾਈ ਕਰਵਾ ਦਈਏ। ਉਹਦੇ ਵਿੱਚ ਉਹ ਧਿਰਾਂ ਜਿਹੜੀਆਂ ਹੈਗੀਆਂ ਚਾਹੀਦਾ ਕਿ ਪਾਕਿਸਤਾਨ 'ਚ ਕੁੱਲ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਵਿੱਚੋਂ ਸਾਰੀਆਂ ਨੇ ਸਮਝੌਤਾ ਕਰਕੇ ਸਰਕਾਰ ਬਣਾ ਲਈ ਹੈ ਤੇ ਕੱਲਾ ਇਮਰਾਨ ਖਾਨ ਬਾਹਰ ਹੈ। ਦੇਖੋ ਜੀ, ਸਿਰਫ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ ਇਨਸਾਫ ਇੱਕ ਪਾਸੇ ਸੀਗੀ, ਬਿਲਕੁਲ, ਪੀਐਮਐਲ, ਪੀਪੀਪੀ ਯਾਨੀ ਕਿ ਪਾਕਿਸਤਾਨ ਪੀਪਲਸ ਪਾਰਟੀ, ਬਿਲਕੁਲ, ਐਮਕਿਊਐਮ ਮਹਾਜਰ ਕੌਮੀ ਮੂਵਮੈਂਟ, ਜਮਾਤ ਇਸਲਾਮੀ, ਆਪਣੇ ਮੁਸਲਿਮ ਲੀਗ, ਕਾਫ, ਇਹ ਸਾਰੀਆਂ ਇੱਕ ਪਾਸੇ ਸੀਗੀਆਂ, ਇਮਰਾਨ ਖਾਨ ਕੱਲਾ ਇੱਕ ਪਾਸੇ ਸੀ। ਹੁਣ ਉਹ ਸਿਚੁਏਸ਼ਨ ਦੇ ਜਦ ਤੁਸੀਂ ਪੋਲੀਟੀਕਲੀ ਬਹੁਤ ਵੱਡੇ ਟਰਮੋਇਲ ਦੇ ਵਿੱਚੋਂ,
ਇਕਨੋਮਿਕਲੀ ਵੀ ਤੁਹਾਡਾ ਬਹੁਤ ਬੁਰਾ ਹਾਲ ਹੈ, ਤੁਹਾਡੀ ਜਿਹੜੀ ਹੋਰ ਚੀਜ਼ ਹੈ, ਪਾਕਿਸਤਾਨੀ ਬਾਹਰ ਜਿਹੜਾ ਰਹਿੰਦਾ ਹੈਗਾ ਉਹ ਪੈਸਾ ਭੇਜਣ ਤੋਂ ਕਤਰਾ ਰਿਹਾ, ਜਿਹੜੀ ਆਪਾਂ ਕਹਿੰਦੇ ਰਿਮਿਟੈਂਸ ਜਿਹੜੀਆਂ ਹੈਗੀਆਂ ਘਟਦੀਆਂ ਜਾ ਰਹੀਆਂ, ਇਹਨਾਂ ਸਾਰਿਆਂ ਦੀ ਵਜ੍ਹਾ ਕਰਕੇ ਪਾਕਿਸਤਾਨ ਇੱਕ ਬਹੁਤ ਹੀ ਖਤਰਨਾਕ ਮੋੜ ਦੇ ਉੱਪਰ ਖੜਾ ਹੈ। ਪਾਕਿਸਤਾਨ ਬੜੀ ਦੇਰ ਤੋਂ ਇੱਕ ਅਨਸਟੇਬਲ ਕੰਟਰੀ ਸੀ, ਉਹ ਸਾਨੂੰ ਨਜ਼ਰ ਆ ਰਿਹਾ ਸੀ। ਮੈਨੂੰ ਅਫਸੋਸ ਉਸ ਵੇਲੇ ਹੋਇਆ ਜਿਸ ਵੇਲੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਪੱਤਰਕਾਰ ਕਵਰ ਕਰਨ ਗਏ ਨੇ ਕਿ ਭਾਈ ਫਾਈਨੈਂਸ ਮਿਨਿਸਟਰੀ ਦੇ ਦਫ਼ਤਰ ਜਾਓ ਤੇ ਕਿਊ ਬਲਾਕ ਦੇ ਸਾਹਮਣੇ ਬੈਠ ਜਾਓ, ਅੰਦਰ IMF ਦੀ ਟੀਮ ਤੇ ਪਾਕਿਸਤਾਨ ਦੀ ਫਾਈਨੈਂਸ ਮਿਨਿਸਟਰੀ ਦੀ ਟੀਮ, ਇਸ਼ਾਕਦਾਰ ਉਹ ਇਹ ਕੀ ਲੱਗੇ ਨਵਾਜ਼ ਸ਼ਰੀਫ ਹਰਾਂ ਦੇ ਸਾਂਢੂ ਹੋਏ ਨਾ, ਇਸ ਤਰੀਕੇ ਨਾਲ ਇਸ਼ਾਕਦਾਰੀ ਕੁੜਮ ਲੱਗੇ, ਸੋਰੀ ਕੁੜਮ ਲੱਗੇ ਆਪਸ ਵਿੱਚ ਨਾ, ਉਹ ਨਵਾਜ਼ ਸ਼ਰੀਫ ਦੀ ਬੇਟੀ ਮੈਰਿਡ ਆ ਇਸ਼ਾਕਦਾਰ ਦੇ ਬੇਟੇ ਨੂੰ, ਵੱਡੀ ਦੂਸਰੀ ਬੇਟੀ ਅਦਰਦਾਨ ਮਰੀਅਮ, ਉਹ ਹੁਣ ਜਦੋਂ ਮੁਜ਼ਾਕਰਾਤ ਹੋ ਰਹੇ ਸੀ ਤੇ ਮੈਨੂੰ ਉਹ ਯਾਦ ਹੈ ਵੀ ਉਹ ਟੈਲੀਫੋਨ ਕਰਦੇ ਹੁੰਦੇ ਸੀ ਦੂਜੇ ਸ਼ਹਿਰਾਂ 'ਚ ਵੀ ਤੁਹਾਡੇ ਉੱਧਰ ਮੌਲਵੀ ਨੂੰ ਚੰਦਰਮਾ ਦਿਖਾਈ ਦੇ ਗਿਆ ਤੇ ਉਹ ਫਿਰ ਉਹ ਅਨਾਊਂਸ ਕਰਦੇ ਸੀ, ਹੁਣ ਚੰਦ ਦਿਸ ਗਿਆ। ਪੱਤਰਕਾਰ ਟੈਲੀਫੋਨ ਕਰ ਰਹੇ ਸੀ ਵੀ IMF ਦੀ ਟੀਮ ਨੇ ਉਹ ਦੇ ਦਿੱਤੀ ਆ ਫਾਈਲ, ਦੇ ਦਿੱਤੀ ਆ ਡਾਕੂਮੈਂਟ, ਦਿਖਾਤਾ, ਮਤਲਬ ਰਾਤ ਦੇ 9 ਵੱਜ ਗਏ, 10 ਵੱਜ ਗਏ, ਰਾਤ ਦੇ 12 ਵੱਜ ਗਏ, ਰਾਤ ਦੇ 2 ਵੱਜ ਗਏ, 3 ਵੱਜ ਗਏ, 4 ਵੱਜ ਗਏ, ਉਹ ਤੜਕਾ ਹੋ ਗਿਆ, 5 ਵੱਜ ਗਏ, 6 ਵੱਜ ਗਏ, ਸੂਰਜ ਚੜ੍ਹ ਪਿਆ, ਪੱਤਰਕਾਰ ਬਾਹਰ ਬੈਠੇ ਰਹੇ ਕਿ ਦਿਲ ਐਦਾਂ ਐਦਾਂ ਕਿ ਜੇ IMF ਦੀ ਟੀਮ ਬਿਨਾਂ ਪੈਸੇ ਦਿੱਤੇ ਚਲੀ ਗਈ ਅਸੀਂ ਡੁੱਬ ਗਏ, ਸਾਡੇ ਕੋਲ ਤਾਂ ਮੁਸ਼ਕਲ ਨਾਲ 1 ਹਫ਼ਤੇ ਦੇ ਪੈਸੇ ਬਚੇ ਨੇ, ਤੇ IMF ਦੀ ਟੀਮ ਬਿਨਾਂ ਪੈਸਿਆਂ ਦਿੱਤਿਆਂ ਚਲੀ ਗਈ ਤੇ 9 ਵਜੇ ਉਹਨਾਂ ਨੇ ਈਮੇਲ ਤੇ MEFP ਭੇਜਿਆ, ਮੈਮੋਰੈਂਡਮ ਆਫ ਇਕਨੋਮਿਕ, ਜਿਹੜਾ ਫਾਈਨੈਂਸ਼ੀਅਲ ਐਂਡ ਇਕਨੋਮਿਕ ਪਲੈਨਿੰਗ, ਇਹ ਹੁਣ ਬੈਠ ਕੇ ਉਹਨੂੰ 3 ਦਿਨ ਪੜ੍ਹਨਾ, ਕੱਲ੍ਹ ਸੋਮਵਾਰ ਦਾ ਦਿਨ ਚੜ੍ਹਨਾ, ਤੇ ਉਹਨਾਂ ਨੇ ਕਿਹਾ ਵਰਚੁਅਲ ਮੀਟਿੰਗ ਦੁਬਾਰਾ ਕਰਾਂਗੇ, ਫਿਰ ਦੇਖਾਂਗੇ ਤੁਸੀਂ ਸਾਰੀਆਂ ਸ਼ਰਤਾਂ ਮੰਨਦੇ ਹੋ ਕਿ ਨਹੀਂ, ਫਿਰ ਤੁਹਾਨੂੰ ਅਸੀਂ $1.2 billion ਦਿਆਂਗੇ। ਔਰ ਉਹਦੇ ਪਰ ਉਹਨਾਂ ਨੇ ਇਹ ਵੀ ਕਹਿਤਾ ਕਿ ਤੁਹਾਨੂੰ ਆਹ ਟੈਕਸ ਹੋਰ ਲਾਣੇ ਪੈਣਗੇ, ਸਾਰੇ ਟੈਕਸ ਹੋਰ ਲਾਣੇ ਪੈਣਗੇ, ਜਿਹੜੇ ਉਹਨਾਂ ਨੇ ਕਿਹਾ ਨਾ ਬਿਜਲੀ ਕਿੰਨੀ ਵਧਾਣੀ ਹੈ ਤੇ ਪੈਟਰੋਲੀਅਮ ਪ੍ਰਾਈਸਿਸ, ਡੀਜ਼ਲ, ਪੈਟਰੋਲ ਕਿੰਨੇ ਵਧਾਣੇ ਨੇ, ਪਾਕਿਸਤਾਨੀਆਂ ਦੀਆਂ ਚੀਕਾਂ ਆਲਰੇਡੀ ਨਿਕਲੀਆਂ ਪਈਆਂ ਨੇ, ਲੋਕ ਰੋ ਰਹੇ ਨੇ ਔਰ ਭੁੱਖੇ ਮਰ ਰਹੇ ਨੇ, ਸਟਾਰਵੇਸ਼ਨ ਡੈਥ ਦੀਆਂ ਖਬਰਾਂ ਆ ਰਹੀਆਂ ਨੇ ਉੱਥੋਂ। ਹੁਣ ਇਹੋ ਜਿਹੇ ਵੇਲੇ ਜਿਸ ਵੇਲੇ ਭੁੱਖਮਰੀ ਫੈਲ ਜਾਣ ਦਾ, ਮਤਲਬ ਭੁੱਖਮਰੀ ਆਲਰੇਡੀ ਫੈਲ ਚੁੱਕੀ ਹੋਈ ਹੈ, ਕੱਲ੍ਹ ਨੂੰ ਸ਼ਿਵਿੰਦਰ ਬੰਦਾ 5 ਲੱਖ 10 ਲੱਖ ਆ ਕੇ ਬਾਰਡਰ 'ਤੇ ਖੜ ਜਾਵੇ ਕਿ ਅਸੀਂ ਮਰ ਗਏ ਜੀ, ਤਾਂ ਕੀ ਅਸੀਂ ਉਹਨਾਂ ਨੂੰ ਗੋਲੀਆਂ ਮਾਰਨੀਆਂ ਸਾਰਿਆਂ ਨੂੰ, ਸਾਡੇ ਲਈ ਕੀ ਖਤਰਾ ਹੈ? SP ਇੱਕ ਤਾਂ ਬਹੁਤ ਬੁਰੇ ਹਾਲਾਤ ਦੇ ਵਿੱਚ ਸਾਡਾ ਗਵਾਂਢੀ ਮੁਲਕ ਹੈ, ਜਾਂ ਅਸੀਂ ਜਿਹਨੂੰ ਕਹਿੰਦੇ ਕਿ ਪੰਜਾਬ ਸਾਡਾ ਦੂਜਾ ਵੱਡਾ ਹਿੱਸਾ, ਕਿਉਂਕਿ 60% ਤਾਂ ਪੰਜਾਬੀ ਨੇ ਉੱਥੇ, ਉੱਥੇ ਇਸ ਸਮੇਂ ਹਾਲਤ ਹੈਗੀ ਹੈ, ਮਹੀਨੇ ਮਹੀਨੇ ਬਾਅਦ ਬਦਲ ਰਹੀ ਹੈ। ਉਦਾਹਰਨ ਦੇ ਤੌਰ 'ਤੇ ਸਾਡੇ ਜਿਹੜੇ ਖਾਣ ਪੀਣ ਵਾਲੀਆਂ ਚੀਜ਼ਾਂ ਨੇ, ਆਹੀ 3 ਮਹੀਨਿਆਂ 'ਚ 50% ਤੋਂ ਲੈ ਕੇ 90% ਤੱਕ ਇਜ਼ਾਫਾ ਹੋਇਆ ਰੇਟ ਦੇ ਵਿੱਚ, ਦੁੱਗਣੇ ਹੋ ਗਏ। ਹਾਂ, ਮਤਲਬ 50 ਤੋਂ ਦੇ ਰੇਟ ਇੱਕ ਸਾਲ ਦੇ ਵਿੱਚ ਦੁੱਗਣੇ ਹੋ ਗਏ। ਅੱਛਾ, ਹੁਣ ਇਹਨਾਂ ਦੇ ਕੋਲ ਖਜ਼ਾਨੇ ਦਾ ਜਿਹੜਾ ਮਸਲਾ ਹੈਗਾ, ਆਹ ਇੱਕ ਮੈਂ ਅੱਜ ਇੱਕ ਨੋਟ ਕੀਤਾ, ਜਿਵੇਂ ਇਹਨਾਂ ਦੀ ਜਿਹੜੀ ਸਟੇਟ ਬੈਂਕ ਸੀਗੀ, ਉਹਦੇ ਕੋਲ 2022 ਵਿੱਚ $10 ਅਰਬ ਸੀਗਾ, ਨਿੱਜੀ ਬੈਂਕਾਂ ਦੇ ਕੋਲ 6 ਅਰਬ ਸੀਗਾ, ਪਰ 23 ਤੱਕ ਪਹੁੰਚਦੇ ਪਹੁੰਚਦੇ ਸਰਕਾਰੀ ਬੈਂਕ ਕੋਲ 4.25 ਰਹਿ ਗਿਆ, ਤੇ ਜਿਹੜਾ ਨਿੱਜੀ ਆ ਉਹਦੇ ਕੋਲ 5। ਕੱਲ ਸੈਟਰਡੇ ਰਾਤ ਨੂੰ ਪਿਛਲੇ ਹਫ਼ਤੇ ਦੀ ਫਿਗਰ ਰਿਲੀਜ਼ ਕੀਤੀ ਹੈ ਉਹਨਾਂ ਨੇ, ਫੋਰੈਕਸ ਰਿਜ਼ਰਵ ਦੀ ਟੋਟਲ $2.9 billion, ਹਿੰਦੁਸਤਾਨੀਆਂ ਨੂੰ ਆਪਣੀ ਫਿਗਰ ਦੱਸਦੀ ਹੈ ਕਿ ਤੁਹਾਡੇ ਕੋਲ ਲਗਭਗ $700 billion ਦੇ ਨੇੜੇ ਤੇੜੇ ਹੈਗਾ, ਤੇ ਉਹ $2.9 billion ਹਫ਼ਤਾ ਪਹਿਲਾਂ ਦੀ ਫਿਗਰ ਹੈ। ਐਲਸੀਆਂ ਖੁੱਲ੍ਹ ਨਹੀਂ ਰਹੀਆਂ, ਉਹਨਾਂ ਦੀਆਂ ਕੰਟੇਨਰ ਖੜੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦਰਗਾਹ ਦੇ ਉੱਤੇ ਕਰਾਚੀ ਦੀਆਂ, ਤੇ ਪਾਕਿਸਤਾਨ ਬੰਦ ਪਿਆ, ਕਿਸੇ ਦੀ ਐਨਕ ਟੁੱਟ ਜਾਏ ਤੇ ਐਨਕ ਨਵੀਂ ਨਹੀਂ ਮਿਲ ਸਕਦੀ ਕਿਉਂਕਿ ਫਰੇਮ ਬਾਹਰੋਂ ਆਉਂਦੇ ਨੇ ਤੇ ਐਲਸੀਆਂ ਨਹੀਂ ਖੁੱਲ ਰਹੀਆਂ। ਹੁਣ ਪੈਟਰੋਲ ਦੀ ਜੇ ਗੱਲ ਤੁਸੀਂ ਦੱਸੋ ਰੇਟ ਆਪਣੇ ਵਾਲਿਆਂ ਦੇ, ਇੰਡੀਆ ਵਾਲਿਆਂ ਦੇ ਤਾਂ ਅਨਬਿਲੀਵੇਬਲ, ₹250 ਤੱਕ ਪੈਟਰੋਲ ਪਹੁੰਚ ਗਿਆ, ₹262 ਤੱਕ ਡੀਜ਼ਲ ਪਹੁੰਚ ਚੁੱਕਾ। ਹੁਣ ਮੇਰੇ ਕੱਲ ਇੱਕ ਮਿੱਤਰ ਦੱਸ ਰਹੇ ਸੀ, ਪ੍ਰੋਫੈਸਰ ਸਾਹਿਬ, ਆਟੇ ਦਾ ਰੇਟ ਮੇਰੇ ਕੱਲ ਦੱਸਦੀ ਆਟੇ ਦਾ ਰੇਟ ਆਟੇ ਨਾਲ ਛੇਤੀ ਸਮਝ ਆ ਜਾਏ ਵੀ ₹185 ਕਿਲੋ ਆਟਾ, ਤੇ ਜਿਹੜੇ ਹੜ੍ਹ ਆਏ ਹੋਏ ਨੇ ਜਿਹੜੇ ਇਲਾਕਿਆਂ ਦੇ ਵਿੱਚ, ਉੱਥੇ ਇੱਦੋਂ ਵੀ ਭੈੜਾ ਹਾਲ ਹੈਗਾ, ਅਜੇ ਕਈ ਇਲਾਕੇ ਪਾਣੀ ਖੜਾ। ਅੱਛਾ, ਦੂਜੀ ਗੱਲ, ਪਾਕਿਸਤਾਨ ਕਿਸੇ ਸਮੇਂ ਦੇ ਵਿੱਚ ਦਾਲਾਂ ਨੂੰ ਬਾਹਰਲੇ ਮੁਲਕਾਂ ਨੂੰ ਭੇਜਦਾ ਹੁੰਦਾ ਸੀ, ਹੁਣ ਹਾਲਤ ਕੀ ਹੈਗੀ ਆ, ਟੋਟਲ 18 ਲੱਖ ਮੈਟ੍ਰਿਕ ਟਨ ਦੇ ਵਿੱਚੋਂ 6 ਲੱਖ ਤਾਂ ਇਹ ਆਪਣੀਆਂ ਤੇ 12 ਲੱਖ ਇਹਨੂੰ ਬਾਹਰੋਂ ਮੰਗਾਉਣਾ ਪੈ ਰਿਹਾ। ਹੁਣ ਕਰਜ਼ੇ ਵਾਲੀ ਗੱਲ ਹੈ, ਜੇ ਕੰਟਰੀਜ਼ ਫਿਨਿਸ਼ਡ, ਹੁਣ ਜੇਕਰ IMF ਮੰਨ ਵੀ ਲੈਂਦਾ, ਪਹਿਲੀ ਗੱਲ ਤਾਂ ਕਿ ਕਰਜ਼ਾ ਕਾਹਦੇ ਕੰਮ ਆਊਗਾ, ਕਰਜ਼ਾ ਲਾਉਣ ਦਾ ਹੀ ਆਊਗਾ, ਤੁਸੀਂ ਵਰਲਡ ਬੈਂਕ ਦਾ ਤੋਂ ਕਰਜ਼ਾ ਲਿਆ, ਉਹ ਏਸ਼ੀਆ ਬੈਂਕ ਦਾ ਤੁਸੀਂ ਕਰਜ਼ਾ ਜਿਹੜਾ ਲਾਓਗੇ, ਇੱਥੇ ਇਹਦੇ ਨਾਲ ਕੀ ਹੋ ਰਿਹਾ, ਇੱਕ ਤਾਂ ਇੱਕ ਮੁਲਕ ਨਾ ਇੱਕ ਸਟੇਟ ਜਿਹੜੀ ਫੇਲੀਅਰ ਹੁੰਦੀ ਆ। ਅੱਛਾ, ਇਹਦੇ ਵਿੱਚੋਂ ਤੁਸੀਂ ਦੇਖਿਆ ਵੀ ਕੱਟੜਵਾਦੀ ਧਿਰਾਂ ਤੇ ਜਿਹੜੀ ਵੱਖਵਾਦੀ ਧਿਰਾਂ, ਹੁਣ ਵੱਖਵਾਦੀ ਧਿਰਾਂ ਜਿਹੜੀਆਂ ਇਕੱਲੀਆਂ ਉਹੀ ਨਹੀਂ ਹੈਗੀਆਂ ਜਿਹੜੀਆਂ ਧਰਮ ਦੇ ਆਧਾਰ ਦੇ ਉੱਤੇ ਨੇ, ਸਿੰਧੀ ਮੂਵਮੈਂਟ ਜਿਹੜੇ ਕਿ ਗਵਾਦਰ ਸਿੰਧੂ ਦੇਸ਼ ਤਹਿਰੀਕ, ਹੋ ਗਈ ਬਲੋਚਿਸਤਾਨ ਆਰਮੀ ਹੋ ਗਈ, ਇੱਥੋਂ ਤੱਕ ਵੀ ਖਬਰਾਂ ਆਈਆਂ ਵੀ ਇਹਨਾਂ ਦਾ ਆਪਸ ਵਿੱਚ ਗਠਜੋੜ ਹੋ ਗਿਆ, ਉਹ ਕਹਿੰਦੇ ਵੀ ਕੋਈ ਨਾ ਅਸੀਂ ਤੁਹਾਡੇ ਲਈ ਲੜਾਂਗੇ, ਤੁਸੀਂ ਸਾਡੇ ਲਈ ਲੜੋ, ਬਾਕੀ ਅਸੀਂ ਵੀ ਵਿੱਚੋਂ ਕੁਛ ਕਰਦੇ ਹਾਂ, ਸਾਡੇ ਵੀ ਅਜੀਤ ਦੋਵਾਲ ਜੀ ਕੁਛ ਕਰਦੇ ਹੀ ਨੇ। ਪਾਕਿਸਤਾਨ ਸਭ ਤੋਂ ਵੱਧ ਯੂਥ ਰਹਿੰਦਾ ਤੇ ਯੂਥ ਵਿਚਾਰਾ
ਨੌਕਰੀ ਤੋਂ ਗਿਆ ਇਹ ਇੱਥੋਂ ਮੋਟੇ ਜਿਹਾ ਅੰਦਾਜ਼ਾ ਲਾ ਲਓ ਕਿ ਸਟੇਟ ਦਾ ਕੀ ਹਾਲਤ ਹੈ ਸਟੇਟ ਕਿੱਧਰ ਨੂੰ ਜਾ ਰਿਹਾ ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ ਹੈ ਪਰ ਜੋ ਤੁਸੀਂ ਹਾਲਾਤ ਪੇਸ਼ ਕਰ ਰਹੇ ਹੋ ਉਹਨਾਂ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਭੁੱਖਮਰੀ ਫੈਲੇ ਦੇਸ਼ ਅਨਸਟੇਬਲ ਹੋਵੇ ਯੂਥ ਦੀ ਵਸੋਂ ਬਹੁਤ ਵੱਡੀ ਹੋਵੇ ਤੇ ਮੁਲਕ ਦੇ ਕੋਲ ਐਟਮੀ ਹਥਿਆਰ ਹੋਣ ਐਟਮ ਬੰਬ ਹੋਵੇ ਤੇ ਮੁਲਕ ਦੇ ਵਿੱਚ ਪੋਲੀਟੀਕਲ ਇਨਸਟੇਬਿਲਿਟੀ ਹੋਵੇ ਆਰਮੀ ਦੇ ਵਿੱਚ ਅੰਦਰ ਲੜਾਈ ਹੋਵੇ ਤੇ ਆਰਮੀ ਵਰਸਸ ਜਿਹੜੀ ਪੋਲੀਟੀਕਲ ਇਸਟੈਬਲਿਸ਼ਮੈਂਟ ਹੈ ਉਹਨਾਂ ਦੇ ਵਿੱਚ ਟਰੱਸਟ ਡੈਫੀਸਿਟ ਹੋਵੇ ਤਾਂ ਤੁਸੀਂ ਇਹ ਦੱਸੋ ਕਿ ਸਾਡੇ ਨਾਲ ਕੀ ਹੋਣੀ ਹੈ ਪਰ ਮੈਂ ਇੱਕ ਗੱਲ ਕੀਤੀ ਸੀ ਕਿ ਜੋ ਨਨਕਾਣਾ ਸਾਹਿਬ ਦੇ ਵਿੱਚ ਕੱਲ੍ਹ ਹੋਇਆ ਉਹ ਦੂਜੇ ਮੁਲਕ ਦੀ ਜਿਹਦੇ ਬਾਰੇ ਹਮੇਸ਼ਾ ਦੁਸ਼ਮਣ ਦੇ ਤੌਰ ਦੇ ਉੱਤੇ ਸੁਣਦੇ ਪੜ੍ਹਦੇ ਆਏ ਹਾਂ ਅਤੇ ਜਿਹਦੇ ਬਾਰੇ ਪੰਜਾਬ ਦੇ ਵਿੱਚ ਇੱਕ ਸਮਝ ਵੱਖਰੀ ਹੈ ਕਿ ਸਾਡੀ ਉਹਨਾਂ ਨਾਲ ਕੋਈ ਸਾਂਝ ਹੈ ਹਮਸਾਇਆਂ ਵਾਲੀ ਭਰਾਵਾਂ ਵਾਲੀ ਉੱਥੇ ਅੱਜ ਕੱਲ੍ਹ ਕੀ ਹਾਲਾਤ ਨੇ ਪੰਜਾਬੀਆਂ ਦੇ ਕੀ ਹਾਲਾਤ ਨੇ ਮੈਂ ਥੋੜ੍ਹੀ ਜਿਹੀ ਗੱਲ ਇਹ ਵੀ ਕਰ ਲੈਂਦਾ ਕਿ ਸਿੱਖਾਂ ਦੇ ਕੀ ਹਾਲਾਤ ਨੇ ਕਿਉਂਕਿ ਹਿਰਦਾ ਸਾਡਾ ਉਦੋਂ ਜ਼ਿਆਦਾ ਜਾਗਦਾ ਹੈ ਜਿਸ ਵੇਲੇ ਗੱਲ ਧਰਮ ਦੀ ਹੋਵੇ ਸਾਡੇ ਨਾਲ ਇਸ ਚਰਚਾ ਵਿੱਚ ਪ੍ਰੋਫੈਸਰ ਮੁਹੰਮਦ ਖਾਲੀ ਜੀ ਨੇ ਅਤੇ ਸ਼ਿਵਿੰਦਰ ਜੀ ਨੇ ਸੀਨੀਅਰ ਪੱਤਰਕਾਰ ਪ੍ਰੋਫੈਸਰ ਖਾਲੀ ਇਸ ਗੱਲ ਤੋਂ ਬਿਨਾਂ ਕਿ ਉੱਥੇ ਆਟੇ ਦਾ ਕੀ ਰੇਟ ਹੈ ਜਾਂ ਹੈ ਨਾ ਕਿਉਂਕਿ ਜੇ ਉੱਥੇ ਆਟੇ ਦਾ ਰੇਟ ਪੈਟਰੋਲ ਦਾ ਰੇਟ ਅਤੇ ਲੋਕਾਂ ਦੇ ਹਾਲਾਤ ਦੇਖ ਕੇ ਭੁੱਖਮਰੀ ਦੇਖ ਕੇ ਸਾਡੇ ਦਿਲ ਪਸੀਜਣੇ ਹੁੰਦੇ ਤਾਂ ਪਸੀਜ ਜਾਣੇ ਚਾਹੀਦੇ ਸੀ ਹੁਣ ਤੱਕ ਇੱਕ ਅਸੀਂ ਗੁਰੂ ਦੀ ਬੇਅਦਬੀ ਨੂੰ ਲੈ ਕੇ ਬਹੁਤ ਚਿੰਤਾ ਵਿੱਚ ਹਾਂ ਸਾਡੇ ਇੱਥੇ ਇੱਕ ਮੇਜਰ ਨੈਰੇਟਿਵ ਹੈ ਸਾਨੂੰ ਹੁੰਦਾ ਹੈ ਵੀ ਬੰਦਾ ਜੇ ਆ ਗਿਆ ਗੁਰੂ ਦੀ ਬੇਅਦਬੀ ਕਰਨ 'ਤੇ ਫੜ ਲਿਆ ਤਾਂ ਉੱਥੇ ਹੀ ਝਟਕਾ ਦਿੱਤਾ ਜਾਵੇ ਇਹ ਸਾਡਾ ਪਬਲਿਕ ਨੈਰੇਟਿਵ ਹੈ ਸੋ ਬੰਦਾ ਕੱਲ੍ਹ ਉੱਥੇ ਆਇਆ ਗੁਰੂ ਵਰੋਸਾਏ ਨਨਕਾਣਾ ਸਾਹਿਬ ਦੇ ਵਿੱਚ ਅਤੇ ਉਹਨਾਂ ਨੇ ਕਿਹਾ ਬੇਅਦਬੀ ਕਰਨ ਲੱਗਾ ਸੀ ਅਤੇ ਬੰਦਾ ਉਹਨਾਂ ਨੇ ਲਿਆ ਫੜ ਨਨਕਾਣਾ ਸਾਹਿਬ ਦੀਆਂ ਗਲੀਆਂ ਵਿੱਚ ਬੰਦਾ ਘੜੀਸਿਆ ਗਿਆ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਲਾਸ਼ ਉਹਦੀ ਨੂੰ ਨੰਗਿਆਂ ਕਰਕੇ ਉਹਨਾਂ ਗਲੀਆਂ ਵਿੱਚ ਕੱਲ੍ਹ ਘੜੀਸਿਆ ਗਿਆ ਅਤੇ ਫਿਰ ਉੱਥੇ ਅੱਗ ਲਗਾ ਕੇ ਸਾੜ ਦਿੱਤਾ ਗਿਆ ਇਹ ਕਾਰੇ ਪਹਿਲਾਂ ਵੀ ਹੋਏ ਨੇ ਹੁਣ ਮੈਂ ਤੁਹਾਡੇ ਨਾਲ ਆਟੇ ਬਾਰੇ ਗੱਲ ਕਰ ਰਿਹਾ ਸੀ ਸ਼ਿਵਿੰਦਰ ਜੀ ਜੀ ਉਹਨਾਂ ਕਿਉਂਕਿ ਆਟਾ ਮੈਂ ਕਿਹਾ 180 ਰੁਪਏ 185 ਰੁਪਏ ਕਿਲੋ ਹੈ 10 ਕਿਲੋ ਦੀ ਸਰਕਾਰੀ ਆਟੇ ਦੀ ਥੈਲੀ 650 ਰੁਪਏ ਦੀ ਮਿਲਦੀ ਹੈ 65 ਰੁਪਏ ਕਿਲੋ ਸੋ ਜ਼ਾਹਿਰ ਹੈ ਗਰੀਬ ਆਦਮੀ ਧੱਕੇ ਮਾਰ ਕੇ ਕਿਸੇ ਵੀ ਤਰੀਕੇ ਲਾਈਨ ਵਿੱਚ ਲੱਗਦਾ ਉਹ ਟਰੱਕ 'ਚ ਰੱਖ ਕੇ ਥੈਲੀਆਂ ਲੈ ਆਏ ਗਰੀਬ ਲਾਈਨ ਵਿੱਚ ਲੱਗੇ ਸੀ ਉਹਨਾਂ ਗਰੀਬਾਂ ਦੇ ਵਿੱਚ ਇੱਕ ਸਾਡਾ ਸਿੱਖ ਭਰਾ ਹਰ ਸਿੰਘ ਕੋਹਲੀ ਵੀ ਸੀ 7 ਬੱਚਿਆਂ ਦਾ ਬਾਪ ਸੀ ਜਾਂ 6 ਬੱਚਿਆਂ ਦਾ ਬਾਪ ਸੀ ਕਿਉਂਕਿ ਅਖਬਾਰਾਂ ਵਿੱਚ ਵੱਖ ਵੱਖ ਤਰ੍ਹਾਂ ਲਿਖਿਆ ਜਾ ਰਿਹਾ ਸਸਤੇ ਆਟੇ ਥੱਲੇ ਭੱਜਦਾ ਦੂਜੇ ਤੀਜੀ ਵਾਰੀ ਉਹ ਗਿਆ ਸੀ ਉਹਨੂੰ ਮਿਲ ਨਹੀਂ ਸੀ ਰਿਹਾ ਅਤੇ ਭੀੜ ਦੇ ਪੈਰਾਂ ਥੱਲੇ ਉਹ ਕੁਚਲਿਆ ਗਿਆ ਅਤੇ ਮਰ ਗਿਆ ਉਹਨਾਂ ਨੇ ਕਿਹਾ ਦੋਨੋਂ ਗੱਲਾਂ ਸੱਚੀਆਂ ਨੇ 7 ਬੱਚਿਆਂ ਦਾ ਵੀ ਵਾਪਸੀ 6 ਦਾ ਵੀ ਸੀ ਪਹਿਲਾਂ 7 ਦਾ ਸੀ ਫਿਰ ਬੱਚਾ ਇੱਕ ਭੁੱਖ ਖੁਣੋਂ ਵਿਲਕਦਾ ਮਰ ਗਿਆ ਛੋਟਾ ਇਸ ਕਰਕੇ ਹੁਣ 6 ਬੱਚਿਆਂ ਦਾ ਵਾਪਸੀ ਜੇ ਸਾਡੇ ਇੱਥੇ ਅਖਬਾਰਾਂ ਛਾਪ ਦਿੰਦੀਆਂ ਕਿ ਪਾਕਿਸਤਾਨ ਵਿੱਚ ਸਸਤੇ ਆਟੇ ਦੀ ਭਾਲ ਵਿੱਚ ਮਾਰਿਆ ਗਿਆ ਸਿੱਖ ਭਰਾ ਸਾਡਾ ਅਤੇ ਫਿਰ ਸ਼ਾਇਦ ਕੁਝ ਹਿਰਦੇ ਵਲੂੰਦਰੇ ਜਾਂਦੇ ਵਰਨਾ ਇਹ ਧਰਤੀ ਹੋਵੇ ਗੁਰੂਆਂ ਪੀਰਾਂ ਦੀ ਗੁਆਂਢ ਹੋਵੇ ਸਾਡਾ ਸਾਡੇ ਹੁਣ ਹਮਸਾਏ ਅਤੇ ਅਸੀਂ ਇੱਕ ਦੂਜੇ ਲਈ ਰੋਂਦੇ ਹੋਈਏ ਵਿਛੜੇ ਭਰਾਵਾਂ ਵਾਂਗ ਅਤੇ ਕੋਰੀਡੋਰ ਲੱਭਦੇ ਫਿਰੀਏ ਇੱਕ ਦੂਜੇ ਨਾਲ ਜਫੀਆਂ ਪਾਉਣ ਨੂੰ ਅਤੇ ਉੱਧਰ ਬਾਰੇ ਸਾਨੂੰ ਇੰਨੀ ਕੁ ਚਿੰਤਾ ਹੋਵੇ ਔਰ ਉੱਥੇ ਕੋਈ ਦੇਰ ਇਜ਼ ਐਂਡਲੈਸ ਸੰਕ੍ਰਾਂਤ ਦੇ ਵਿੱਚ ਉਹ ਜਿਹੜਾ ਬੇਨਜ਼ੀਰਾਬਾਦ ਬਣਾਇਆ ਕਿ ਪੁਰਾਣਾ ਜਿਹੜਾ ਓਲਡ ਨਵਾਬ ਸ਼ਾਹ ਸੀ ਸਿੰਧ ਵਾਲਾ ਉੱਥੇ ਔਰਤਾਂ ਕੁਚਲੀਆਂ ਗਈਆਂ ਨੇ ਜਗ੍ਹਾ ਜਗ੍ਹਾ ਤੋਂ ਇਹ ਖਬਰਾਂ ਆਈਆਂ ਨੇ ਕਿ ਸਸਤਾ ਆਟਾ ਲੈਣ ਲਈ ਲੋਕ ਲਾਈਨਾਂ ਵਿੱਚ ਲੱਗੇ ਭੀੜਾਂ ਦੇ ਵਿੱਚ ਸਟੈਂਪੀਡ ਹੋ ਗਿਆ ਅਤੇ ਲੋਕ ਕੁਚਲੇ ਗਏ ਇਹ ਸਭ ਤੋਂ ਬਾਅਦ ਵੀ ਸਾਡੇ ਇੱਥੇ ਕੋਈ ਤਹਿਰੀਕ ਕੋਈ ਇਸ ਕਿਸਮ ਦੀ ਮੂਵਮੈਂਟ ਕਿਉਂ ਨਹੀਂ ਨਜ਼ਰ ਆਉਂਦੀ ਦੈਟ ਵੀ ਨੀਡ ਟੂ ਰੀਚ ਆਊਟ ਅੱਜ ਰੀਚ ਆਊਟ ਕਰ ਰਹੇ ਨੇ ਨਾ ਸਾਰੇ ਟਰਕੀ ਨੂੰ ਵਾਈ ਆਰ ਵੀ ਨੋਟ ਰੀਚਿੰਗ ਆਊਟ ਦੇਖੋ ਇੱਦਾਂ ਹੈਗਾ ਕਿ ਜਿਹੜੇ ਤੁਸੀਂ ਇਹ ਸਾਰਾ ਗੱਲ ਦੱਸੀ ਹੈ ਇਹਦੇ ਵਿੱਚ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਹੈ ਪਹਿਲੇ ਸੈਂਟੈਂਸ 'ਚ ਮੈਨੇ ਕਿਹਾ ਸੀਗਾ ਇਟ ਇਜ਼ ਵਨ ਆਫ ਦਾ ਮੋਸਟ ਕਰਪਟ ਸੋਸਾਇਟੀਜ਼ ਇਟ ਇਜ਼ ਨੰਬਰ 1 ਦੂਸਰੀ ਗੱਲ ਇਹ ਹੈਗੀ ਹੈ ਉਹ ਦੇਸ਼ ਜਿਹੜਾ ਧਰਮ ਦੇ ਨਾਂ 'ਤੇ ਬਣਿਆ ਸੀਗਾ ਇਸਲਾਮ ਦੇ ਨਾਂ 'ਤੇ ਬਣਿਆ ਸੀ ਉਹਦੇ ਵਿੱਚ ਜਿੰਨੇ ਵੀ ਰਿਲੀਜੀਅਸ ਲੀਡਰਸ ਹੈ ਬਜਾਏ ਇਸ ਦੇ ਕਿ ਕੋਈ ਸੇਧ ਦੇਣ ਇੱਕ ਦੂਸਰੇ ਨੂੰ ਕਾਫਰ ਕਹਿਣ ਦੇ ਵਿੱਚ ਜ਼ਿਆਦਾ ਇੰਟਰਸਟਿਡ ਰਿਲੀਜੀਅਸ ਟੋਲਰੈਂਸ ਦੇ ਇੰਡੈਕਸ ਦੇ ਉੱਪਰ ਪਾਕਿਸਤਾਨ ਦਿਨ ਪ੍ਰਤੀ ਦਿਨ ਨੀਚੇ ਜਾ ਰਿਹਾ ਬਲਕਿ ਬਹੁਤ ਹੀ ਨੀਚੇ ਖੜਾ ਨੰਬਰ 1 ਦੂਸਰੀ ਗੱਲ ਇਹ ਹੈਗੀ ਹੈ ਇਸਲਾਮ ਕਿਸੇ ਵੀ ਜਗ੍ਹਾ ਇਜਾਜ਼ਤ ਨਹੀਂ ਦਿੰਦਾ ਇਸਲਾਮ ਕਿਸੇ ਵੀ ਜਗ੍ਹਾ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਕਿਸੇ ਨੂੰ ਇਸ ਕਰਕੇ ਮਾਰ ਦਿਓ ਜਮਾਤ ਹੈ ਉਹ ਤੇ ਮਜ਼ਬੂਤ ਹੋਵੇ ਨਾ ਮੈਂ ਕਹਿੰਦਾ ਜੀ ਭਾਵੇਂ ਡਿਕਟੇਟਰ ਹੋਵੇ ਕੋਈ ਫੌਜੀ ਉਹਦੀ ਕੋਈ ਪਕੜਦਾ ਹੋਵੇ ਇਟਸ ਪੋਲੀਟੀਕਲੀ ਸੋ ਇਨਸਟੇਬਲ ਕਿ ਕੰਟਰੀ ਕਦੀ ਵੀ ਇਹ ਟੁੱਟਿਆ ਹੋਇਆ ਕੰਟਰੀ ਹੈ ਜਿੱਥੇ ਰਿਆਸਤ ਦੀ
कोई किते पहुंच नहीं चल रही। एक न्यूक्लियर कंट्री जिथे भुखमरी फैली है, जिथे बेहद वड्डा यूथ है जिहड़ा लार्जली अनस्किल्ड है, जिहड़ा लार्जली बेरोजगार है। तुसी देखो असी सवेर तो शाम तक शिवेंद्र पाकिस्तान नूं गालां करदे आं, मैं कहना जो पाकिस्तानी अपने आप बारे जिहड़ा नजरिया पेश कर रहे ने, जो तरजीहा उह करदे ने, उह तां असी कर ही नहीं सकदे। उह तां खुल के कहंदे ने भाई असी दुनिया दीआं ताकतां लई किराए दे कातल हां, पिछले अद्धी सदी तों सानूं जिहड़ा आंदा किराए ते लै लैंदा। अज पाकिस्तान दी मुश्किल इह है कि कोई किराए ते लै नहीं रिहा। जियो स्ट्रैटेजिक सिचुएशन चेंज हो गई है, ना अमरीका नूं चाहीदा पाकिस्तान, ना रूस नूं इस वेले पाकिस्तान चाहीदा। एस पी असल च गल हैगी है, जिहड़े हुक्मरान आए ने ना समय समय दे उत्ते, उहनां ने पाकिस्तान नूं लुटिया। अज इमरान खान कह रहा कि मैं संविधान लिए आए कर रहा भी, उन्हें अपने समय वाले पिछले साल दी पता नहीं संविधान लिए कड़ी चोरी की नहीं अपने पिछले साल दी गल है, जदों उन्होंने भरोसे का वोट लेना सीगा कि वह संविधान की मन रहा सीगा, ते इसे तरह ही हुण मौजूदा हुकूमत दा हैगा। कुछ नहीं करदे ना कि जदों इमरान खान आया सी उदों संविधान अनुसार आया सी कि कमर जावेद बाजवा दे कारण आया सी। फौज का जिहड़ा रहा उत्थे दबदबा, इहदे विच होया की है कि उन्होंने अपनी आवाम का नहीं पुछया। अच्छा जदों पाकिस्तान च बहुत खूबसूरतियां भी सीगियां जिहड़ियां कि साडे कदे इंडिया वाले ने देखियां नहीं, उह की सीगियां? एक धर्म के आधार पर बनया होया मुल्क है, हालांकि जेकर जनाह की स्पीच देखिए आपां पार्टियां पीपी रही है, एक जी नवाज शरीफ की जी नून रही है, जो पाकिस्तान इस तरह दी चीजां चो गुजर रहा, फौज एक धिर नूं जिहड़ा खड़ा कर रही है, टीएलपी नूं खड़ा कर रही है, जे ग्रुपां नूं खड़ा कर रही है, इहदा मतलब की है कि पाकिस्तान दा अगला मुस्तकबिल जिहड़ा की होएगा उहनूं देख के डर लगदा है। प्रॉब्लम अगला की होगा जी, अगला देखो, तुसी देखो तुसी कह रहे हो कि उन्होंने हर हालत में इमरान खान नूं उन्होंने माइनस करना है। इलेक्शन तुहानू अक्तूबर में होंदिया दिखाई दे रही ने, आ तो भुली जाओ, कल लाहौर परसों लाहौर की हाईकोर्ट के जज ने कह दिता है कि 90 दिनों के अंदर अंदर इलेक्शन कराओ, तो होया की है फाइनेंस मिनिस्ट्री ने कहा, क्योंकि पाकिस्तान इलेक्शन कमीशन तो कहना ही पैना कि असीं तैयार हाँ, उन्होंने कहा जी असीं तैयार हाँ, 90 दे विचों ऑलरेडी 25 दिन तो जा ही चुके, महीना तो जा ही चुका हूँ आलमोस्ट, उन्होंने कहा जी असं तैयार हाँ। फाइनेंस मिनिस्ट्री ने कहा तुम तैयार हो, साडे कोल पैसे है नहीं जी करा लो इलेक्शन। डिफेंस मिनिस्ट्री ने कहा असं बंदे कोई नहीं दे सकते, साडे कोल पुलिस फौज है नहीं, करा लो इलेक्शन। एग्जैक्टली होम मिनिस्टर राणा सनाउल्ला कह रहे असं कुछ नहीं तुहाडे लई कर सकते। जिहड़े उत्थे इंस्टीट्यूशन है ना, वो इंस्टीट्यूशन या तो फौज के इशारे से चलेंगे, या जिहड़े डोमीनेंट उत्थे पोलिटिकल पार्टीज है उन्हां दे इशारे से चलेंगे। सिस्टम अपने आप च कम नहीं करता, सिस्टम हमेशा इशारे से कम कर रहा है उत्थे, क्योंकि क्योंकि सबसे बड़ी प्रॉब्लम सबसे बड़ी इशारे से कम कर रहा है इस वेले उन्हां दे अगेंस्ट संगत खड़ी है सारी। इमरान खान सब तो पॉपुलर लीडर है, अगेंस्ट आर्मी बोल रहे हैं, ओहदे नाल लोग खड़े, ओहदे नाल लोग खड़े हैं, लेकिन एट द सेम टाइम है पाकिस्तान पीपल वर्सेस आर्मी। बिल्कुल एट द सेम टाइम अगर इमरान दे खिलाफ लोग खड़े नाल खड़े हैं और बाकी सारे अगेंस्ट हैं, लेकिन उन्होंने कोल इन्ना ज्यादा जिहड़े लीवर्स हैं उन्होंने घुमाउण दा इन्ना ज्यादा स्पेस हैगी है कि वह इलेक्शन नहीं करवाना चाहते तो नहीं करवाएंगे, क्योंकि सिस्टम कोई नहीं है। तो इलेक्शन नहीं करवाएंगे, बिल्कुल नवाज शरीफ वापस आएगा, हजे कोई इलेक्शन नहीं करवाएंगे, नवाज शरीफ वापस आएंगे, नवाज शरीफ ने अगर वापस आना होता ओदे वास्ते कोई हो नहीं सका, जे भरा प्राइम मिनिस्टर है तो कोई प्रॉब्लम नहीं सी, नहीं आ पाया ना सर, लेकिन 8 महीने हो गए नहीं आ पाया, लेकिन वो नहीं आ पाया ओदे विच किसी ना किसी या तो कोई लीगल टेंगल्स है या आर्मी का हो है, उन्होंने बैलेंस करके रख रही है, इसे करके नहीं उन्होंने भी मरियम बना दिता अपनी ऑर्गेनाइजिंग सेक्रेटरी जी है। सो विच मीन्स नंबर टू लीडर नाउ इज नो मोर शहबाज शरीफ, हमजा शरीफ खत्म है, शहबाज शरीफ खत्म है, और नवाज शरीफ की बेटी जी है वो अगे आएगी, वो अगे है, जिहदा मतलब है जिहड़े सियासी अंकल सीगे वो पासे हो गए, आज शायद खकान अबासी ते ख्वाजा तौसीफ एंड ऑल इन्हां नूं कौन पुछदा। आपां एसपी सिंह जी अज दी सिचुएशन दी गल कर रहे हैं, लेकिन जिहड़ी सिचुएशन जिस निगार वल जा रही है, क्योंकि सानूं कोई सिल्वर लाइनिंग नजर नहीं आ रही, सिल्वर लाइनिंग नज़र नहीं आ रही। अगर IMF तो 1.2 बिलियन डॉलर आ भी गए वो तो तुहाडे खप जाने हैं, जिहड़े तुसीं डेट की सर्विसिंग करनी है तुहाडी डिवेलपमेंट वास्ते फिर कुछ नहीं बचा, जिहदी वजह करके ये तो होर ज़्यादा सिचुएशन जिहड़ी है खराब होएगी आने वाले दिनों च। मैनू लगता है उत्थे जिहड़े हैगे फूड राइट्स भी हो सकते हैं,
ਜਿੰਨਾ ਸਾਰਾ ਕੁਝ ਖਤਮ ਹੋਇਆ ਪਿਆ ਉੱਥੇ ਜਿਹਦੀ ਵਜ੍ਹਾ ਕਰਕੇ ਮੈਨੂੰ ਲੱਗਦਾ ਕਿ ਪਾਕਿਸਤਾਨ ਹੋਰ ਬੁਰੀ ਹਾਲਤ ਵੱਲ ਜਾ ਰਿਹਾ ਬਜਾਏ ਇਸ ਦੇ ਕਿ ਜੋ ਆਪਾਂ ਅੱਜ ਡਿਸਕਸ ਕਰ ਰਹੇ ਹਾਂ ਔਰ ਉਹਦੇ ਵਾਸਤੇ ਔਰ ਉਹਨਾਂ ਨੇ ਕਲੀਅਰਲੀ ਇੱਕ ਗੱਲ ਕਹਿਤੀ ਹੈ ਕਿ ਪਾਕਿਸਤਾਨ ਦੀ ਇਕੋਨੋਮੀ ਜਦ ਤੱਕ ਅੱਗੇ ਨਹੀਂ ਵੱਧ ਸਕਦੀ ਜਦ ਤੱਕ ਇੰਡੀਆ ਦੇ ਨਾਲ ਕੋਆਪਰੇਸ਼ਨ ਟਰੇਡ ਇਹ ਸਾਰਾ ਕੁਝ ਨਹੀਂ ਹੁੰਦਾ ਉਹਦੇ ਵਾਸਤੇ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਬਿਲਕੁਲ ਤਿਆਰ ਨਹੀਂ ਹੈ ਨਾ ਆਰਮੀ ਤਿਆਰ ਹੈ ਈਵਨ ਅੱਜ ਵੀ ਤਿਆਰ ਨਹੀਂ ਹੈ ਨੇ ਮਾੜੇ ਹਾਲਾਤ ਦੇ ਵਿੱਚ ਵੀ ਤਿਆਰ ਨਹੀਂ ਹੈ ਜੀ ਇੰਨੇ ਮਾੜੇ ਹਾਲਾਤ ਹੀ ਤਿਆਰ ਨਹੀਂ ਨਾ ਮੈਂ ਬ੍ਰੇਕ ਲਈ ਰੁਕਣਾ ਪੈ ਰਿਹਾ ਮੈਨੂੰ ਸਿਰਫ ਇੱਕ ਚੀਜ਼ ਯਾਦ ਆ ਰਹੀ ਹੈ ਉਹ ਕਦੋਂ ਕਿਤੇ ਜਿਹਨੇ 1857 ਤੋਂ ਜਸਟ ਪਹਿਲਾਂ ਸਿਚੁਏਟ ਕੀਤੀ ਹੈ ਸ਼ਤਰੰਜ ਕੇ ਖਿਲਾੜੀ ਸਤੇਤਰੇ ਵਾਲੀ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ਤੁਸੀਂ ਦੇਖੋ ਵੀ ਉਧਰੋਂ ਈਸਟ ਇੰਡੀਆ ਕੰਪਨੀ ਚੜ੍ਹੀ ਆ ਰਹੀ ਹੈ ਅਤੇ ਉਹਨਾਂ ਨੇ ਅਵਧ ਨੂੰ ਅਨੈਕਸ ਕਰਨਾ ਹੈ ਅਤੇ ਇਹ ਦੋਨੋਂ ਕੀ ਨਾਮ ਮਿਰਜ਼ਾ ਸਜ਼ਾਦ ਅਲੀ ਅਤੇ ਦੂਸਰੇ ਦਾ ਮੈਨੂੰ ਨਾਂ ਭੁੱਲ ਗਿਆ ਮੀਰ ਰੋਸ਼ਨ ਅਲੀ ਇਹ ਦੋਨੋਂ ਆਪਣੀਆਂ ਘਰ ਵਾਲੀਆਂ ਆਪਣੇ ਖਾਨਦਾਨ ਆਪਣਾ ਰਾਜ ਪਿੱਛੇ ਛੱਡ ਕੇ ਲੱਭਦੇ ਫਿਰਦੇ ਨੇ ਵੀ ਕਿਸੇ ਪਿੰਡ 'ਚ ਕਿੱਥੇ ਵਧੀਆ ਜੀ ਜਗ੍ਹਾ ਮਿਲ ਜਾਵੇ ਜਿੱਥੇ ਬੈਠ ਕੇ ਚੈੱਸ ਖੇਡ ਸਕੀਏ ਅਸੀਂ ਅਤੇ ਇਹ ਸ਼ਤਰੰਜ ਦੀਆਂ ਬਾਜ਼ੀਆਂ ਲਾ ਰਹੇ ਸੀ ਅਤੇ ਉੱਧਰੋਂ ਈਸਟ ਇੰਡੀਆ ਕੰਪਨੀ ਚੜ੍ਹੀ ਆ ਰਹੀ ਸੀ ਐਗਜੈਕਟਲੀ ਉਹ ਤੁਸੀਂ ਪਿਕਚਰ ਪੇਸ਼ ਕਰ ਰਹੇ ਹੋ ਵੀ ਜੋ ਹਾਲਾਤ ਪਾਕਿਸਤਾਨ ਦੇ ਹੋ ਰਹੇ ਨੇ ਅਤੇ ਜੋ ਪਾਕਿਸਤਾਨ ਦੀ ਇਲੀਟ ਕਰ ਰਹੀ ਹੈ ਕਿ ਸ਼ਾਹਬਾਜ਼ ਸ਼ਰੀਫ ਕਹਿੰਦੇ ਨੇ ਕਿ ਮੈਂ ਤੁਰਕੀ ਨਾਲ ਹਮਦਰਦੀ ਕਰਨੀ ਹੈ ਮੈਂ ਜ਼ਰਾ ਉੱਥੇ ਅਰਥਕੁਏਕ ਆਇਆ ਮੈਂ ਭੱਜ ਕੇ ਉੱਥੇ ਅਰਥਕੁਏਕ ਵਾਲਿਆਂ ਨੂੰ ਉਹਨਾਂ ਨੂੰ ਜਾ ਕੇ ਹਮਦਰਦੀ ਕਰ ਰਹਾ ਵਾਂ ਇਸ ਲਈ ਮੁਲਕ ਦੇ ਵਿੱਚ ਜਿਹੜੀ APC ਬੁਲਾਈ ਸੀ ਆਲ ਪਾਰਟੀ ਕਾਨਫਰੰਸ ਮੋਸਟ ਕਰੂਸ਼ੀਅਲ ਉਹ ਮੈਂ ਪੋਸਟਪੋਨ ਕਰ ਦਿੰਦਾ ਜਿਸ ਵੇਲੇ ਤੁਸੀਂ ਸ਼ਤਰੰਜ ਦੀਆਂ ਬਾਜ਼ੀਆਂ ਲਾ ਰਹੇ ਹੋਵੋ ਗੁਲਛਰੇ ਉਡਾ ਰਹੇ ਹੋਵੋ ਅਤੇ ਮੁਲਕ ਦਾ ਇਹ ਹਾਲ ਹੋਵੇ ਤਾਂ ਫਿਰ ਸਾਨੂੰ ਕਿਉਂ ਡਰਨਾ ਚਾਹੀਦਾ ਇਹਦੇ ਬਾਰੇ ਵੀ ਗੱਲ ਕਰਦੇ ਹਾਂ ਤੁਰਕੀ ਬਾਰੇ ਮੈਨੂੰ ਇੱਕ ਹੋਰ ਗੱਲ ਯਾਦ ਆਈ ਆ ਉਹ ਵੀ ਆ ਕੇ ਸੁਣਾਉਂਦੇ ਹਾਂ ਹੈ ਅਤੇ ਮਾੜੇ ਸਮਿਆਂ ਦੇ ਵਿੱਚ ਘਟੀਆ ਚੁਟਕਲੇ ਵਰਗੀ ਪਰ ਦਿਲ ਕਰ ਆਇਆ ਦਨ ਬਾਰੇ ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਤੁਰਕੀ ਬਾਰੇ ਇੱਕ ਗੱਲ ਯਾਦ ਆਈ ਹੈ ਅਤੇ ਪ੍ਰੋਫੈਸਰ ਖਾਲਿਦ ਅਤੇ ਸ਼ਿਵਿੰਦਰ ਜੀ ਕਈ ਵਾਰੀ ਨਾ ਇਹ ਨਹੀਂ ਪਤਾ ਲੱਗਦਾ ਵੀ ਇੱਕ ਪਾਸੇ ਲਾਸ਼ਾਂ ਵਿਛੀਆਂ ਹੋਣ ਮੌਤ ਦਾ ਸੰਸਾਰ ਬਣਿਆ ਹੋਵੇ ਅਤੇ ਉਹਦੇ ਵਿੱਚ ਇਹੋ ਜਿਹੀ ਗੱਲ ਸੁਣਾਉਣੀ ਚਾਹੀਦੀ ਹੈ ਕਿ ਨਹੀਂ ਪਰ ਇਹ ਫੈਸਲਾ ਮੈਂ ਆਡੀਅੰਸ 'ਤੇ ਛੱਡ ਦਿੰਦਾ ਤੁਰਕੀ ਵਿੱਚ ਅਰਥਕੁਏਕ ਆਇਆ ਜੀ ਕਦੋਂ ਇਹ ਵਾਲਾ ਨਹੀਂ ਨਾ 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 ਇਹ ਤਾਂ ਕੁਛ ਆਈ ਨਹੀਂ ਕਿੰਨੇ 15-20 ਹਜ਼ਾਰ ਬੰਦਾ ਮਰਿਆ ਜ਼ਿਆਦਾ ਵਾਲਾ ਬਟ 1999 ਵਾਲਾ ਅਤੇ ਨਵਾਜ਼ ਸ਼ਰੀਫ ਦੀ ਸਰਕਾਰ ਸੀ ਅਤੇ ਨਵਾਜ਼ ਸ਼ਰੀਫ ਨੇ ਕਿਹਾ ਵੀ ਮੈਂ ਭੱਜ ਕੇ ਜਾ ਕੇ ਜ਼ਰਾ ਤਾਜ਼ੀਅਤ ਕਰਾਂ ਵਾਂ ਅਤੇ ਉਹ ਤੁਰਕੀ ਗਏ ਉਹਨਾਂ ਨੇ 2 ਘੰਟੇ ਤਾਜ਼ੀਅਤ ਕੀਤੀ ਅਤੇ ਫਿਰ ਉਹਨਾਂ ਨੇ ਪੁੱਛਿਆ ਵੀ ਚਲੀਏ ਕਬਾਬ ਖਾਨ ਉੱਥੇ ਕੋਈ ਖਾਸ ਦੁਕਾਨ ਹੈ ਜਿਹੜੀ ਨਵਾਜ਼ ਸ਼ਰੀਫਾਂ ਨੂੰ ਬੜੀ ਪਸੰਦ ਸੀ ਅਤੇ ਉਹਦੇ ਉਹ ਕਬਾਬ ਖਾਂਦੇ ਹੁੰਦੇ ਸਨ ਅਤੇ ਉਹਦੇ ਓਨਰ ਉਹਨਾਂ ਨੇ ਇੱਕ ਵਾਰੀ ਪਾਕਿਸਤਾਨ ਵੀ ਬੁਲਾਇਆ ਓਫੀਸ਼ੀਅਲ ਵਿਜ਼ਿਟ ਦੇ ਉੱਤੇ ਵੀ ਇਹ ਕਿੰਨੇ ਅੱਛੇ ਕਬਾਬ ਬਣਾਉਂਦਾ ਇਹਨੂੰ ਅਸੀਂ ਓਫੀਸ਼ੀਅਲ ਵਿਜ਼ਿਟ ਦਿੰਦੇ ਹਾਂ ਅਤੇ ਓਨਰ ਨੇ ਆ ਕੇ ਪਾਕਿਸਤਾਨ ਘੁੰਮਿਆ ਆਪਣੀਆਂ ਬਹੁਤ ਸਾਰੀਆਂ ਫੋਟੋਆਂ ਖਿਚਵਾਈਆਂ ਅਤੇ ਆਪਣੇ ਰੈਸਟੋਰੈਂਟ 'ਚ ਜਾ ਕੇ ਲਾਈਆਂ ਵੀ ਦੇਖੋ ਨਵਾਜ਼ ਸ਼ਰੀਫ ਨੇ ਮੈਨੂੰ ਬੁਲਾਇਆ ਮੈਂ ਕਿੱਡਾ ਵੱਡਾ ਸ਼ੈੱਫ ਹੈਗਾ ਅਤੇ ਕਰਾਮਤੁੱਲਾ ਗੌਰੀ ਉਸ ਵੇਲੇ ਅੰਬੈਸਡਰ ਹੁੰਦੇ ਸਨ ਤੁਰਕੀ ਦੇ ਵਿੱਚ ਪਾਕਿਸਤਾਨ ਦੇ ਉਹਨਾਂ ਨੇ ਕਿਹਾ ਸਰ ਚੰਗਾ ਨਹੀਂ ਲੱਗਦਾ ਲਾਸ਼ਾਂ ਉੱਧਰ ਵਿਛੀਆਂ ਤੁਸੀਂ ਤਾਜ਼ੀਅਤ ਕਰਕੇ ਆਇਓ ਕਬਾਬ ਖਾਂਦੇ ਉਹ ਕਹਿੰਦੇ ਫਿਰ ਆਪਾਂ ਮੰਗਵਾ ਲਈਏ ਉਹਨੇ ਕਿਹਾ ਸਰ ਚੰਗਾ ਨਹੀਂ ਲੱਗਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਲਈ ਖਾਣਾ ਆਏਗਾ ਉਹ ਟੈਸਟ ਹੋਏਗਾ ਸਿਕਿਉਰਿਟੀ ਹੁੰਦੀ ਹੈ ਗੱਲ ਲੀਕ ਹੋ ਜਾਏਗੀ ਉਹ ਕਹਿੰਦੇ ਵੀ ਨਵਾਜ਼ ਸ਼ਰੀਫ ਹੋਰਾਂ ਦਾ ਮੂੰਹ ਐਡਾ ਲਟਕਿਆ ਸੀ ਕਿ ਮੈਂ ਕਿਹਾ ਸਰ ਕੱਲ੍ਹ ਤੁਸੀਂ ਅਨਕਾਰਾ ਜਾਣਾ ਇਸਤਨਬੁਲ ਤੋਂ ਕੋਂਸਟੈਂਟੀਨੋਪਲ ਤੋਂ ਮੈਂ ਫਲਾਈਟ 'ਤੇ ਹੀ ਰਖਵਾ ਦਿਆਂਗਾ ਉਹ ਕਹਿੰਦੇ ਅਗਲੇ ਦਿਨ ਅਸੀਂ ਹਵਾਈ ਅੱਡੇ 'ਤੇ ਗਏ ਹਾਂ ਜਾਂਦਿਆਂ ਸਰ ਨਵਾਜ਼ ਸ਼ਰੀਫ ਨੇ ਪੁੱਛਿਆ ਉਹ ਆ ਗਏ ਕਬਾਬ ਫਿਰ ਉਹਨਾਂ ਨੇ ਲਿਖਿਆ ਕਿ ਉਹ ਜਿਸ ਤਰ੍ਹਾਂ ਹੀ ਜਹਾਜ਼ ਰਵਾਂ ਹੋਇਆ ਉਹਨਾਂ ਨੇ ਕਿਹਾ ਜੀ ਮੰਗਵਾਓ ਕਬਾਬ ਫਿਰ ਉਹਨਾਂ ਨੇ ਲਿਖਦੇ ਨੇ ਉਹਨਾਂ ਦੀ ਬੜੀ ਪਿਆਰੀ ਕਿਤਾਬ ਹੈ ਬਾਰੇ ਸ਼ਨਾਸਾਈ ਇੱਥੋਂ ਦਿੱਲੀ ਹੀ ਪਬਲਿਸ਼ ਕਰਾਈ ਉਹਨਾਂ ਨੇ ਫੈਰਸ ਪਬਲਿਸ਼ਰ ਤੋਂ ਅਤੇ ਉਰਦੂ 'ਚ 2013 ਦੀ ਕਿਤਾਬ ਹੈ ਵਾਕਿਆ 1999 ਦਾ ਉਹ ਕਹਿੰਦੇ ਨੇ ਫਿਰ ਕਬਾਬ ਆਏ ਤਾਂ ਉਹਨਾਂ ਨੇ ਕਬਾਬ ਕੇ ਸਾਥ ਪੂਰਾ ਇਨਸਾਫ ਕੀਆ ਔਰ ਮੁਝੇ ਡਰ ਥਾ ਕਿ ਉਹਨਾਂ ਨੇ ਕਿਹਾ ਕਿ ਉੱਥੇ ਭਾਈ ਤੁਸੀਂ ਜਾਓਗੇ ਅੱਗੋਂ ਅਤੇ ਪ੍ਰੈਜੀਡੈਂਟ ਡੇਮਰਲ ਸੀਗੇ ਉੱਥੇ ਵੀ ਉਹਨਾਂ ਨੇ ਸਟੇਟ ਲੰਚ ਰੱਖਿਆ ਉਹ ਕਹਿੰਦੇ ਪਰ ਜਨਾਬ ਇਤਨੇ ਖੁਸ਼ ਪੇਟ ਥੇ ਇਤਨੇ ਖੁਸ਼ ਖੁਰਾਕ ਥੇ ਕਿ ਫਿਰ ਲੰਚ ਪਰ ਵੀ ਉਹਨਾਂ ਨੇ ਲੰਚ ਕੇ ਸਾਥ ਪੂਰਾ ਇਨਸਾਫ ਕੀਆ ਇਹ ਹੁਣ ਤੁਰਕੀ 'ਚ ਆਇਆ ਅਰਥਕੁਏਕ ਅਤੇ ਸ਼ਹਿਬਾਜ਼ ਸ਼ਰੀਫ ਨੇ ਕਿਹਾ ਵੀ ਸਾਰਾ ਕੁਝ ਛੱਡ ਦਿਉ ਮੁਲਕ ਮੇਰਾ ਜਿੱਦਾਂ ਮਰਜ਼ੀ ਹੈ ਮੈਂ ਭੱਜ ਕੇ ਤਾਜ਼ੀਅਤ ਕਰ ਆਵਾਂ ਅਤੇ ਹਵਾਈ ਜਹਾਜ਼ 'ਚ ਬੈਠਣ ਲੱਗੇ ਸੀਗੇ ਵੀ ਉਹਨਾਂ ਨੇ ਟਵੀਟ ਕੀਤਾ ਕਿ ਭਾਈ ਅਸੀਂ ਕਿਸੇ ਦੀ ਸਟੇਟ ਵਿਜ਼ਿਟ ਨਹੀਂ ਹੈਂਡਲ ਕਰ ਸਕਦੇ ਅਤੇ ਇਹਨਾਂ ਦਾ ਹਵਾਈ ਜਹਾਜ਼ ਉੱਥੇ ਖੜ੍ਹਾ ਰਹਿ ਗਿਆ ਅਦਰਵਾਈਜ਼ ਮਰੀਮ ਔਰੰਗਜ਼ੇਬ ਨੇ ਕਹਿ ਦਿੱਤਾ ਸੀ ਕਿ ਨਵਾਜ਼ ਸ਼ਰੀਫ ਸ਼ਹਿਬਾਜ਼ ਸ਼ਰੀਫ ਜਾ ਰਹੇ ਨੇ ਮੈਨੂੰ ਹਾਲੇ ਵੀ ਜਾਪਦਾ ਹੈ ਕਿ ਜਾ ਕੇ ਇਹਨਾਂ ਨੇ ਜਾਂਦਿਆਂ ਤਾਜ਼ੀਅਤ ਕਰਕੇ ਅਤੇ ਕਬਾਬ ਹੀ ਖਾਣੇ ਸੀ ਇਹ ਜਿਹੜਾ ਪਾਕਿਸਤਾਨ ਦਾ ਹਾਲ ਹੈ ਨਾ ਜਿਹੜਾ ਤੁਸੀਂ ਬਿਆਨ ਕੀਤਾ ਇਹ ਜਿਹੜਾ ਇਹ ਜਿਹੜੀਆਂ ਦੇਖੋ ਇੱਦਾਂ ਇਹ ਜਿਹੜੀਆਂ ਮਿਸਪਲੇਸਡ ਜਿਹੜੀਆਂ ਹੈਗੀਆਂ ਪ੍ਰਾਇਰਟੀਜ਼ ਹੈ ਨਾ ਉਹਦੀ ਵਜ੍ਹਾ ਕਰਕੇ ਹੀ ਅੱਜ ਇਹ ਹਾਲ ਹੈ ਤੁਸੀਂ ਇਹ ਦੇਖੋ ਵੀ ਉਹ ਪਾਕਿਸਤਾਨ ਜਿਹੜਾ ਕਿ ਸੇਮ ਡੇ 'ਤੇ ਅਲੱਗ ਹੋਇਆ ਔਰ ਅਸੀਂ ਇੰਡੀਪੈਂਡੈਂਟ ਹੋਏ ਬਿਲਕੁਲ ਬਿਲਕੁਲ
उस डे ते 1972 तक दे कुड नॉट हैव ए कॉन्स्टिट्यूशन, कॉन्स्टिट्यूशन नहीं है उन्हां दा 1972 तक, क्योंकि 1935 गवर्नमेंट ऑफ इंडिया एक्ट 1935 दे नाल ही गड्डी चलाउंदे रहे। असी इन्ने मतलब ओह दिखाई अकल कि घट्टो घट सब तो पहला असी की कीता भाई पहला संविधान बना लो। उस वेले ओह दो, उस वेले एक फौजी राजपलटा कर चुके सी, एक दा कतल कर चुके सी, एक प्राइम मिनिस्टर मार चुके सी, लियाकत अली खान नु मार चुके सी, प्राइम मिनिस्टर मार चुके सी, और उन्होंने ए नहीं प्रायोरिटी समझी भी भाई जिस समाज नु असी गठित कर रहे हैं ओदे कोई कोड ऑफ कंडक्ट बना लिए, ਉਹਦਾ ਕੋਈ ਸੰਵਿਧਾਨ ਬਣਾ ਲਈਏ। ਸਾਡੇ ਜਿਹੜੇ ਸੀਗੇ ਲੀਡਰ ਉਹਨਾਂ ਨੇ ਕਿਹਾ ਪਹਿਲਾਂ ਭਾਈ ਆਪਾਂ ਕੋਡ ਆਫ ਕੰਡਕਟ ਬਣਾ ਲਈਏ, ਚਾਹੇ ਉਧਾਰ ਲਈਏ, ਚਾਹੇ ਕੁਛ ਕਰੀਏ, ਉਹਦੇ ਪਰ ਐਗਰੀ ਕਰੀਏ। ਵੀਜ਼ਾ ਪੀਪਲ ਆਫ ਇੰਡੀਆ ਕਿਹਾ ਨਾ, ਉਹ ਕਹਿੰਦੇ ਲੋਕ ਗਏ ਜਿਨ੍ਹਾਂ ਕੋਲ ਉਹਨਾਂ ਨੇ ਕਿਹਾ ਜਨਾਬ ਉਧਰੋਂ ਰੋਜ਼ ਖਬਰਾਂ ਆ ਰਹੀਆਂ ਉਹ ਕੰਸਟੀਟਿਊਸ਼ਨ 'ਚ ਇਹ ਪਾ ਰਹੇ ਨੇ ਸੋਸ਼ਲ ਜਸਟਿਸ ਪਾ ਰਹੇ ਨੇ ਜਨਾਬ, ਉਹ ਆਰਟੀਕਲਸ ਆਫ ਫਰੀਡਮ ਪਾ ਰਹੇ ਨੇ। ਜਨਾਬ ਸਾਹਿਬ ਕਹਿੰਦੇ ਵੀ ਗੱਲ ਇਸ ਤਰ੍ਹਾਂ ਵੀ ਆਈ ਹੈਵ ਪ੍ਰੋਮਿਸਡ ਟੂ ਮੈਨੀ ਥਿੰਗਸ ਟੂ ਟੂ ਮੈਨੀ ਪੀਪਲ, ਸਾਡੇ ਤੋਂ ਇਹ ਕੰਮ ਨਹੀਂ ਹੋਣਾ। ਇਸ਼ਤਿਹਾਰ ਕਿਆਮਤ ਹੈਜ਼ ਮੇਡ ਇਟ ਵੈਰੀ ਕਲੀਅਰ ਇਨ ਇਜ਼ ਰੀਸੈਂਟ ਬੁੱਕ ਜਿਹੜੀ ਆ ਰੀਸੈਂਟ ਦੋਨਾਂ ਦੇ ਵਿੱਚ ਹੀ, ਜਿਨ੍ਹਾਂ ਫਿਰ ਸਕਸੈਸਿਸ ਇਜ਼ ਫੇਲੀਅਰਸ ਵਾਲੀ ਦੇ ਵਿੱਚ ਵੀ ਔਰ ਦ ਗੈਰੀਸਨ ਸਟੇਟ ਵਾਲੀ ਦੇ ਵਿੱਚ ਵੀ ਉਹਨਾਂ ਨੇ ਇਹਦਾ ਜ਼ਿਕਰ ਕੀਤਾ। ਸ਼ਿਵਿੰਦਰ ਮੈਨੂੰ ਇਹ ਗੱਲ ਦੱਸੋ, ਅਸੀਂ ਐਕਚੁਲੀ ਰਹਿ ਰਹੇ ਹਾਂ ਉਹਨਾਂ ਸਮਿਆਂ 'ਚ ਜਿੱਥੇ ਅਸੀਂ ਅਡਾਨੀ ਦੇ ਅਤੇ ਹਿੰਡਨਬਰਗ ਰਿਪੋਰਟ ਡਿਸਕਸ ਕਰ ਰਹੇ ਹਾਂ ਇਸ ਮੁਲਕ ਦੇ ਵਿੱਚ, ਹੁਣ ਗੁਆਂਢ ਹਾਲਤ ਇਹ ਹੈ ਜਿਸ ਵੇਲੇ ਹਾਲਾਤ ਇੰਨੇ ਖਰਾਬ ਨੇ, ਹੁਣ ਉਹ ਉਮੀਦ ਬਣਾ ਰਹੇ ਨੇ ਕਿ ਨਵਾਜ਼ ਸ਼ਰੀਫ ਆਏਗਾ ਤਾਂ ਮੁਲਕ ਨੂੰ ਠੀਕ ਕਰੇਗਾ। ਕੱਲ੍ਹ ਵੀ ਮੈਂ ਮਰੀਅਮ ਦੀ ਸਪੀਚ ਸੁਣ ਰਿਹਾ ਸੀਗਾ ਕਿ ਨਵਾਜ਼ ਸ਼ਰੀਫ ਆਉਂਦਾ ਉਦੋਂ ਮੁਲਕ ਨੂੰ ਠੀਕ ਕਰਦਾ, ਜਦੋਂ ਮੁਲਕ ਠੀਕ ਹੋ ਜਾਂਦਾ ਫਿਰ ਤੁਸੀਂ ਉਹਨੂੰ ਜਾਂ ਇਕਾਮਾ ਦੇ ਆਧਾਰ ਦੇ ਉੱਤੇ ਕੱਢ ਦਿੰਦੇ ਹੋ, ਬੇਸਿਕਲੀ ਤਾਂ ਪਨਾਮਾ 'ਤੇ ਕੱਢਿਆ ਉਹ ਇਕਾਮਾ 'ਤੇ ਗਿਣਦੇ ਨੇ, ਅਤੇ ਜਾਂ ਹਾਈਜੈਕ ਕੀਤਾ ਜੀ ਜਹਾਜ਼ ਜਿੱਦਾਂ ਮੁਸ਼ਰਫ ਨੇ ਕੱਢ ਦਿੱਤਾ ਸੀ। ਪਰ ਉੱਥੇ ਨਵਾਜ਼ ਸ਼ਰੀਫ ਹੈ ਜਿਹੜਾ ਬੇਈਮਾਨੀ ਦੇ ਕਰਪਸ਼ਨ ਦੇ ਕੇਸ ਦੇ ਵਿੱਚ ਨਾ ਅਹਿਲ ਕੀਤਾ ਗਿਆ, ਤਾਂ ਉਮਰ ਲਈ ਫਿਊਜੀਟਿਵ ਹੈ, 50 ਰੁਪਏ ਦੇ ਸਟਾਮ ਦੇ ਕੇ ਗਿਆ ਕਿ ਮੈਂ ਇਲਾਜ ਕਰਾਉਣ ਚੱਲਿਆ ਅਤੇ 4 ਹਫ਼ਤਿਆਂ 'ਚ ਵਾਪਸ ਆ ਜਾਵਾਂਗਾ ਅਤੇ ਅਜੇ ਤੱਕ ਵਾਪਸ ਕੰਟਰੀ 'ਚ ਵੜ ਨਹੀਂ ਰਿਹਾ ਅਤੇ ਲੰਡਨ ਬੈਠਾ। ਜਿਹੜੇ ਫਲੈਟਾਂ 'ਚ ਬੈਠਾ ਉਹਨਾਂ ਫਲੈਟਾਂ ਦਾ ਹੀ ਝਗੜਾ ਨਾ ਕਿ ਭਾਈ ਏਵਨ ਫੀਲਡ ਫਲੈਟ ਕਿਹਦੇ ਨੇ, ਅਤੇ ਉਹ ਦੱਸ ਨਹੀਂ ਰਿਹਾ ਕਿਹਦੇ ਨੇ। ਅਤੇ ਮਰੀਅਮ ਜਿਹੜੀ ਕਹਿੰਦੀ ਸੀ ਮੇਰੀ ਪਾਕਿਸਤਾਨ 'ਚ ਤਾਂ ਕੀ, ਮੇਰੀ ਦੁਨੀਆਂ 'ਚ ਕਿਧਰੇ ਕੋਈ ਪ੍ਰੋਪਰਟੀ ਮੈਨੀ, ਮੇਰੀ ਪਾਕਿਸਤਾਨ 'ਚ ਵੀ ਨਹੀਂ, ਉਹਦੀ ਦੁਨੀਆਂ 'ਚ ਜਗ੍ਹਾ ਜਗ੍ਹਾ ਦੇ ਉੱਤੇ ਪ੍ਰੋਪਰਟੀਆਂ ਨਿਕਲ ਰਹੀਆਂ ਨੇ। ਹੁਣ ਜਾਂ ਉਮੀਦ ਉਹਨਾਂ ਤੋਂ ਹੈ ਕਿ ਉਹ ਆ ਕੇ ਠੀਕ ਕਰਨ, ਅਤੇ ਜਾਂ ਇਮਰਾਨ ਖਾਨ ਹੈ ਜਿਹੜਾ ਘੜੀ ਵੀ ਚੋਰੀ ਕਰਦਾ ਹੈ, 50 ਤਰ੍ਹਾਂ ਦੀਆਂ ਚੀਜ਼ਾਂ ਤੋਸ਼ੇਖਾਨੇ 'ਚੋਂ ਲੈ ਗਿਆ ਹੈ, ਜਿਹਦੀ ਉਹ ਫਸਟ ਲੇਡੀ ਜਿਹਨੂੰ ਕਹਿੰਦੇ ਸੀ ਉਹਨੂੰ ਅੱਜ ਕੱਲ੍ਹ ਪਿੰਕੀ ਪੀਰਨੀ ਕਹਿੰਦੇ ਨੇ, ਅਤੇ ਜਿਹੜੀ ਉਹਦੀ ਸਹੇਲੀ ਹੁੰਦੀ ਸੀ ਫਸਟ ਲੇਡੀ ਦੀ ਪਹਿਲੀ, ਉਹਨੂੰ ਅੱਜ ਕੱਲ੍ਹ ਗੋਗੀ ਚੋਰਨੀ ਕਹਿੰਦੇ ਨੇ, ਅਤੇ ਪਿੰਕੀ ਅਤੇ ਗੋਗੀ ਮੁਲਕ ਚੋਰੀ ਕਰਕੇ ਲੈ ਗਈਆਂ ਨੇ ਅਤੇ ਭੱਜੀਆਂ ਹੋਈਆਂ ਨੇ। ਹੁਣ ਤੁਸੀਂ ਇਹ ਦੇਖੋ ਵੀ ਮਤਲਬ ਬੇਈਮਾਨਾਂ ਦਾ ਰਾਜ ਹੈ ਨਾ, ਕੋਈ ਵੀ ਆਏਗਾ ਉਹ ਮਹਾਂ ਬੇਈਮਾਨ ਹੀ ਹੋਏਗਾ ਨਾ, ਜਹਾਂਗੀਰ ਤਰੀਨ ਦੇ ਜਹਾਜ਼ਾਂ ਵਰਗਾ ਹੀ ਹੋਏਗਾ ਨਾ। ਦੇਖੋ ਇਦਾਂ ਹੈ, ਸਾਡੀ ਕਿਸਮਤ ਵਿੱਚ ਕੀ ਲਿਖਿਆ ਸਾਊਥ ਏਸ਼ੀਆ ਵਾਲਿਆਂ ਦੀ? ਐਸਪੀ ਸਿੰਘ ਜੀ ਗੱਲ ਹੈਗੀ, ਸਾਡੇ ਕੋਲ ਅਡਾਨੀ ਲਿਖਿਆ, ਸਾਡੇ ਕੋਲ ਅਡਾਨੀ ਲਿਖਿਆ। ਇਹ ਇੰਨੀ ਜ਼ਿਆਦਾ ਇੰਨੀ ਜਿਹੜਾ ਇਨਇਕੁਆਲਿਟੀਜ਼ ਦਾ ਦੇਸ਼ ਹੈ, ਮਿਡਲ ਕਲਾਸ ਨਾਂ ਦੀ ਕੋਈ ਚੀਜ਼ ਉੱਥੇ ਹੈ? ਪਾਕਿਸਤਾਨ ਮਿਡਲ ਕਲਾਸ ਹੈ ਨਹੀਂ, ਮਿਡਲ ਕਲਾਸ ਨਾਂ ਦੀ ਕੋਈ ਚੀਜ਼ ਹੈ ਨਹੀਂ। ਔਰ ਮਿਡਲ ਕਲਾਸ ਜਿਹੜੀ ਹੁੰਦੀ ਹੈ ਉਹ ਹਾਰਬਿੰਗਰ ਆਫ ਚੇਂਜ ਨੂੰ ਕਹਿੰਦੇ ਆ। ਮਿਡਲ ਕਲਾਸ ਸਭ ਤੋਂ ਜ਼ਿਆਦਾ ਐਜੂਕੇਟਡ ਹੁੰਦੀ ਹੈ, ਮਿਡਲ ਕਲਾਸ ਦੇ ਵਿੱਚ ਸਭ ਤੋਂ ਜ਼ਿਆਦਾ ਇੰਟਲੈਕਚੁਅਲ ਹੁੰਦੇ ਆ, ਮਿਡਲ ਕਲਾਸ ਜਿਹੜੀ ਹੈਗੀ ਹੈ ਉਹ ਇਨੋਵੇਟਿਵ ਹੁੰਦੀ ਹੈ। ਉੱਥੇ ਮਿਡਲ ਕਲਾਸ ਨਾਂ ਦਾ ਹੈ ਹੀ ਨਹੀਂ, ਜਾਂ ਤੁਸੀਂ ਬਹੁਤ ਹੀ ਅਮੀਰ ਹੋ ਜਾਂ ਬਿਲਕੁਲ ਹੀ ਜ਼ੀਰੋ, ਨੰਬਰ 1। ਦੂਸਰੀ ਗੱਲ ਇਹ ਹੈਗੀ ਹੈ, ਐਡੀ ਟ੍ਰੈਜਡੀ ਹੈ ਕਿ ਉਹ ਬੜੀ ਜਲਦੀ ਆਪਣੇ ਸਰਬਰਾ ਨੂੰ ਡੈਥ ਸੈਂਟੈਂਸ ਵੀ ਦੇ ਦਿੰਦੇ ਆ। ਤੁਸੀਂ ਦੇਖੋ ਪਰਵੇਜ਼ ਮੁਸ਼ਰਫ ਡੈਥ ਸੈਂਟੈਂਸ ਜਿਹੜਾ ਸੀਗਾ, ਨਵਾਜ਼ ਸ਼ਰੀਫ ਡੈਥ ਸੈਂਟੈਂਸ, ਆਰਫ ਜ਼ਰਦਾਰੀ ਜਿਹੜਾ ਸੀਗਾ ਉਹ ਭੱਜ ਗਿਆ ਮੁਲਕ ਦੇ ਵਿੱਚੋਂ, ਉਹਦੀ ਜ਼ੁਬਾਨ ਕੱਟ ਦਿੱਤੀ, ਉਹਦੀ ਜੀਭ ਕੱਟ ਦਿੱਤੀ। ਹਾਂਜੀ, 10% ਮਿਸਟਰ 10% ਨੂੰ ਕਿਹਾ ਜਾਂਦਾ, 10% ਕਹਿੰਦੇ ਸੀਗੇ ਉਹਨੂੰ, ਤਾਂ ਇਹ ਜੀ ਸਿਚੁਏਸ਼ਨ। ਅੱਛਾ, ਪਰਵੇਜ਼ ਮੁਸ਼ਰਫ ਨੂੰ ਡੈਥ ਸੈਂਟੈਂਸ ਦਿੱਤਾ, ਉਹ ਕਹਿੰਦੇ ਇੱਕ ਤੇ ਇਹਨੂੰ ਫੜ ਕੇ ਫਾਂਸੀ ਲਾਈ ਜਾਵੇ, ਜੇ ਕਿਤੇ ਮਰ ਜਾਵੇ ਨਾ ਫਾਂਸੀ ਲੱਗਣ ਤੋਂ ਪਹਿਲਾਂ, ਤੇ ਉਹਦੀ ਲਾਸ਼ ਲਿਆ ਕੇ ਤੇ ਡੀ ਚੌਂਕ ਵਿੱਚੋਂ ਲਟਕਾਈ ਜਾਵੇ ਤੇ 3 ਦਿਨ ਲਟਕਦੀ ਰਹੇ। ਚਲੋ, ਉਹ ਉਹਨਾਂ ਨੇ ਕਰਾਚੀ ਕਰਾਚੀ 'ਚ ਉਹਨਾਂ ਨੇ ਦਫ਼ਨ ਕਰਤਾ, ਉਹਦੇ ਵਿੱਚ ਹੈੱਡ ਆਫ ਦਾ ਜਿਹੜੇ ਪੁਰਾਣੇ ਆਰਮੀ ਦੇ ਸੀ ਉਹ ਆ ਹੋ ਗਏ, ਸਰਬਰਾ ਉਸ ਕੰਟਰੀ ਦੇ ਰਿਲੀਜੀਅਸ ਲੀਡਰ ਜਿਹੜੇ ਇਹ ਸਮਝਦੇ ਆ ਕਿ ਅਸੀਂ ਦੇਸ਼ ਨੂੰ ਇੱਕ ਵਿਵਸਥਾ ਦੇਵਾਂਗੇ ਜਾਂ ਇੱਕ ਡਾਇਰੈਕਸ਼ਨ ਦੇਵਾਂਗੇ, ਉਹਨਾਂ ਦਾ ਫੇਲਿਅਰ, ਫਿਰ ਉੱਪਰੋਂ ਲੋਕਾਂ ਦਾ ਫੇਲਿਅਰ, ਉਹ ਲੋਕ ਜਿਹੜੇ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੇ ਹੈਗੇ ਆ ਲਈ ਬੈਠੇ ਆ ਜਾਂ ਉਹਨਾਂ ਨੂੰ ਟੋਲਰੇਟ ਕਰਦੇ ਆ, ਉਹ ਸਾਰਿਆਂ ਦਾ ਇੱਕ ਮਿਕਸਚਰ ਇਹ ਹੋਇਆ ਕਿ ਇਹ ਇੱਕ ਮਤਲਬ ਟ੍ਰੈਜਡੀ ਆਫ ਟ੍ਰੈਜਡੀਜ਼ ਬਣ ਚੁੱਕੇ ਨੇ। ਬੇਸਿਕਲੀ ਤਿੰਨ ਲੋਕ ਰੂਲ ਕਰ ਰਹੇ ਨੇ, ਇੱਕ ਤਾਂ ਅਦਲੀਆ ਰੂਲ ਕਰ ਰਹੀ ਆ ਪਾਕਿਸਤਾਨ ਦੇ ਵਿੱਚ, ਉਹਦੇ ਵਿੱਚ ਲਾਹੌਰ ਹਾਈ ਕੋਰਟ ਦਾ ਫੈਸਲਾ, ਹੁਣ ਹੋਰ ਤਰੀਕੇ ਦਾ ਜੀ ਕਿ ਸਿੰਗਲ ਜੱਜ ਦਾ ਫੈਸਲਾ, ਮੈਨੂੰ ਲੱਗਦਾ ਇਹ ਵੀ ਅਪੀਲ ਹੋ ਜਾਏਗਾ ਜਿੱਥੇ ਉਹਨੇ ਕਿਹਾ ਕਿ ਇਲੈਕਸ਼ਨ ਕਰਾਓ। ਅਦਲੀਆ ਦਾ ਜੋ ਹਾਲ ਹੈ, ਮਤਲਬ ਜੋ ਉੱਥੇ ਉਹ ਤਾਂ ਬਾਰ ਬਾਰ
टैलीफोन आते हैं तो फैसले बदलते हैं। सानू सब नू हुण पता है जो नैब ने उत्थे कार्य किए ने जिहड़ा नैशनल अकाउंटेबिलिटी ब्यूरो बनाया सीगा वह भी सब दे सामने है भी फट फट के तुसी बिल्कुल शरीफ बंदे पड़ते जिस तरीके नाल जिहड़ी सियासी क्लास है भी अज तुसी एक नू फाइनेंस मिनिस्टर बनाया वह तरह तरह के तरीन आते रहे। एक तो मैं तरीना तो बड़ा दुखी हाँ उन्होंने शौकत तरीन हो जहांगीर तरीन हो सारी तरीन यहो बदतरीन ही ने सारे। अच्छा उस तो बाद मिफ्ता इस्माइल नू बनाया आप बनाया नवाज शरीफ ने भी ये आएगा मुल्क ठीक करेगा जो सब कुछ ठीक कर रहा है कहें बड़ा भैड़ा सब कुछ ठीक करी जा रहा मेरा कुड़म आके ठीक करेगा वो कुड़म के उत्ते सारे केस सी कहें केस ये खत्म करो तो उधरों इन हवाई जहाज बिठाओ तो इतने भेजो वो जैसा जो मतलब वो एडम स्मिथ आया कि उन्हें आके जोड़ा पट्ठा मिफ्ता इस्माइल ने छे महीने बिठाया से उन्हें 15 दिन बिठा दिता आके तो वह कहता सी भाई IMF नू मतलब भी नहीं गल करते ना कर मेरे नाल तो हुण माफिया मंगन ते आए ने। पर शिविंदर तुहाडे वर्गी उम्र का कोई बंदा अज पाकिस्तान का वासी होए वो अपने देश बारे ये देख रहा हो भी मेरे देश बारे IMF प्रेस कॉन्फ्रेंस करता है IMF शर्त लाता IMF कहता तुहाडे फाइनेंस मिनिस्टर नू असीं ये ऑर्डर किया है ये ऑर्डर साडा पूरा करेगा तो असीं तुहानू कर्जा देंगे की हूँ उम्मीद की सुपना लेगा बंदा। देखो एक तो प्रोफेसर साहब की गल च मैं ऐड करना चाहना जिहड़ा ये अदालत ने 90 दिन का टाइम दिता ना मैं कल एक अपने जर्नलिस्ट दोस्त नाल गल कर रहा सी वो कहिंदा कि जे नहीं भी कराते ना ये अदालत की तोहीन नहीं मन्नी जाएगी मतलब ਇਹਨੂੰ ਅਦਾਲਤ ਦੀ ਤੋਹੀਨ ਮਾਫ ਕਰਨਾ ਸੰਵਿਧਾਨ ਦੀ ਉਹ ਕਹਿੰਗੇ ਆਰਟੀਕਲ 6 ਲਾ ਦੋ ਤੇ ਇਹ ਕਹਿੰਗੇ ਮਾਈਨਰ ਵਾਇਲੇਸ਼ਨ ਕਨਸਟੀਟਿਊਸ਼ਨ ਦੀ ਜਿਹੜੀ ਹੈਗੀ ਤੋਹੀਨ ਨਹੀਂ ਮੰਨੀ ਜਾਏਗੀ। ਹੁਣ ਜਿਹੜਾ ਤੁਹਾਡਾ ਸਵਾਲ ਹੈ ਵੀ ਇੱਕ ਨੌਜਵਾਨ ਉਮਰ ਦਾ ਬੰਦਾ ਉੱਥੇ ਦਾ ਕੀ ਸੋਚਦਾ ਹੋਵੇਗਾ ਉਹਦੇ ਵੀ ਇੱਕ ਉਦਾਹਰਣ ਹੈ। ਕੱਲ ਇੱਕ ਮੈਨੂੰ ਮੇਰਾ ਦੋਸਤ ਹੈ ਅਲੀ ਉਸਮਾਨ ਬਾਜਵਾ ਕਹਾਣੀਕਾਰ ਬਹੁਤ ਅੱਛਾ ਤੇ ਸਾਫੀ ਵੀ ਅੱਛਾ ਉਹਦਾ ਕਹਿਣਾ ਕਿ ਮੈਨੂੰ ਨਹੀਂ ਪਤਾ ਕਿ ਮਕਬੂਜ਼ਾ ਕਸ਼ਮੀਰ ਕਿੰਨਾ ਮਕਬੂਜ਼ਾ ਪਰ ਅਸੀਂ ਮਕਬੂਜ਼ਾ ਪਾਕਿਸਤਾਨ 'ਚ ਰਹਿ ਰਹੇ ਹਾਂ ਇਹ ਮਤਲਬ ਸਾਰਾ ਪਾਕਿਸਤਾਨ ਹੀ ਮਕਬੂਜ਼ਾ ਹਾਂ ਇਹ ਬਹੁਤ ਵੱਡੀ ਗੱਲ ਸੀਗੀ ਮਤਲਬ ਇਲੀਟ ਕੈਪਚਰ ਹੋਇਆ ਹੋਇਆ ਤੇ ਮਕਬੂਜ਼ਾ ਹੀ ਹੈ ਨਾ ਜਦ ਕਬਜ਼ਾ ਇਲੀਟ ਦਾ ਹੈ ਅੱਜ ਵੀ ਦੇਖੋ ਤੁਸੀਂ ਪਾਕਿਸਤਾਨ ਦੇ ਵਿੱਚ ਟੌਪ ਕਲਾਸ ਰੈਸਟੋਰੈਂਟ 'ਚ ਕੋਈ ਫਰਕ ਨਹੀਂ ਪੈ ਰਿਹਾ ਟੌਪ ਕਲਾਸ ਹੋਟਲਾਂ 'ਚ ਕੋਈ ਫਰਕ ਨਹੀਂ ਪੈ ਰਿਹਾ ਜਿਹੜਾ ਅਮੀਰ ਪਾਕਿਸਤਾਨੀ ਆ ਉਹਨੂੰ ਉਹਦਾ ਪਰਸੈਂਟੇਜ ਬਜਟ ਦਾ ਖਾਣਾ ਪੀਣਾ ਉਹਨਾਂ ਹੈ ਹੀ ਨਹੀਂ ਹੈ ਅਤੇ ਗਰੀਬ ਬੰਦਾ ਜਿਹੜਾ ਉਹ ਗੁਜ਼ਾਰਾ ਨਹੀਂ ਕਰ ਪਾ ਰਿਹਾ। ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਕਰਨਾ ਚਾਹੁੰਦਾ ਕਿ ਆਪਾਂ ਇਹ ਸਾਰੀਆਂ ਗੱਲਾਂ ਡਿਸਕਸ ਕਰ ਰਹੇ ਹਾਂ ਲੇਕਿਨ ਸਾਊਥ ਏਸ਼ੀਆ ਦੀ ਓਵਰਆਲ ਉਹਦੇ ਉੱਪਰ ਬਹੁਤ ਇਹਦਾ ਅਸਰ ਹੈਗਾ। ਬਿਲਕੁਲ ਤੁਸੀਂ ਇਹ ਦੇਖੋ ਵੀ ਸ਼੍ਰੀਲੰਕਾ ਦਾ ਬੁਰਾ ਹਾਲ ਹੋ ਗਿਆ ਪਾਕਿਸਤਾਨ ਦਾ ਬੁਰਾ ਹਾਲ ਹੈ ਹੁਣ ਬੰਗਲਾਦੇਸ਼ ਦਾ ਵੀ ਹੋਏਗਾ ਇਹ ਵੀ ਤਾਂ ਬੰਗਲਾਦੇਸ਼ ਇਜ਼ ਡੂਇੰਗ ਫਾਰ ਬੈਟਰ ਅੱਛਾ ਹਾਲਾਂਕਿ ਬੰਗਲਾਦੇਸ਼ ਵੀ ਜਿਹੜੀ ਹੈਗੀ ਹੈ ਉਹਦੇ ਉੱਪਰ ਕਰਜ਼ਾ ਜਿਹੜਾ ਹੈਗਾ ਉਹ ਇੰਨਾ ਜ਼ਿਆਦਾ ਹੋ ਚੁੱਕਾ ਹੈ ਬੰਗਲਾਦੇਸ਼ ਨੇ ਦੇਖੋ ਉਹਨਾਂ ਨੇ 90s ਵਿੱਚ ਆਰਮੀ ਵਾਪਸ ਬੈਰਕਾਂ 'ਚ ਭੇਜ ਦਿੱਤੀ ਨਾ ਲੇਕਿਨ ਡੈਮੋਕ੍ਰੈਟਿਕ ਇੱਕ ਰਿਜੀਮ ਤਾਂ ਚੱਲ ਰਿਹਾ ਨਾ ਉਹਦਾ ਇਸ ਚੀਜ਼ ਦਾ ਇੰਪੈਕਟ ਜਿਹੜਾ ਹੈਗਾ ਉਹ ਇੰਡੀਆ ਦੀ ਇਕਨੋਮੀ ਦੇ ਉੱਪਰ ਵੀ ਪਏਗਾ ਔਰ ਸਾਊਥ ਏਸ਼ੀਆ ਦੀ ਓਵਰਆਲ ਸਿਆਸਤ ਦਾ ਵੀ ਪਏਗਾ। ਸਾਰਕ ਤਾਂ ਅਸੀਂ ਭੁੱਲ ਹੀ ਚੁੱਕੇ ਹਾਂ ਵੀ ਸਾਰਕ ਨਾਂ ਦੀ ਕੋਈ ਆਰਗੇਨਾਈਜੇਸ਼ਨ ਸੀ ਅਸੀਂ ਜ਼ਿੰਦਗੀ 'ਚ ਬਣਾਈ ਸੀਗੀ ਉਹ ਤਾਂ ਅਸੀਂ ਬਿਲਕੁਲ ਭੁੱਲ ਹੀ ਚੁੱਕੇ ਹਾਂ ਲੇਕਿਨ ਤੁਸੀਂ ਟ੍ਰੈਜਡੀ ਇਹ ਹੈਗੀ ਹੈ ਲੋਕਾਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਇੰਡੀਆ ਅਤੇ ਪਾਕਿਸਤਾਨ ਦੋਨੇ ਵੱਡੀਆਂ ਜਿਹੜੀਆਂ ਹੈਗੀਆਂ ਮੰਡੀਆਂ ਹੈਗੀਆਂ ਲੇਕਿਨ ਜ਼ਿਆਦਾ ਟ੍ਰੇਡ ਜਿਹੜਾ ਹੈਗਾ ਪਾਕਿਸਤਾਨ ਦਾ ਇੰਡੀਆ ਦੇ ਨਾਲ ਵਾਇਆ ਦੁਬਈ ਹੁੰਦਾ ਹੈ ਨਾ ਕਿ ਡਾਇਰੈਕਟ ਹੁੰਦਾ ਤੁਸੀਂ ਥਰਡ ਪਾਰਟੀ ਤੁਸੀਂ ਇਹ ਦੇਖੋ ਵੀ ਜਿਸ ਵੇਲੇ ਇੰਨਾ ਪੋਟੈਂਸ਼ੀਅਲ ਹੈ ਦੋਨੋਂ ਇਕਨੋਮੀਜ਼ ਦੇ ਵਿੱਚ ਔਰ ਇੱਕ ਦੂਸਰੇ ਦੀ ਮਦਦ ਕਰਕੇ ਇੱਕ ਦੂਸਰੇ ਨੂੰ ਅੱਗੇ ਵਧਾ ਸਕਦੇ ਹਾਂ ਉਹ ਅਸੀਂ ਬਿਲਕੁਲ ਭੁੱਲ ਚੁੱਕੇ ਹਾਂ। ਰਾਈਟ ਨਾਓ ਜੇ ਕੰਟਰੀ 2 ਬਿਲੀਅਨ ਡਾਲਰ ਦੇ ਫੋਰੈਕਸ ਰਿਜ਼ਰਵ ਤੇ ਖੜਾ ਹੋਇਆ ਤਾਂ ਕੰਟਰੀ ਕੋਲ ਅੱਜ ਸ਼ਾਮ ਤੱਕ ਸਾਹ ਲੈਣ ਲਈ ਪੋਟੈਂਸ਼ੀਅਲ ਨਹੀਂ ਹੈ। ਮੈਨੂੰ ਸ਼ਿਵਿੰਦਰ ਅਫਸੋਸ ਬੜਾ ਹੋਇਆ ਕਿ ਪਾਰਲੀਮੈਂਟ ਦੇ ਵਿੱਚ ਇੱਕ ਤਾਂ ਉਹਨਾਂ ਦੇ ਆਰਡੀਨੈਂਸ ਨਿਕਲਦੇ ਨੇ ਨੋਟੀਫਿਕੇਸ਼ਨ ਨਿਕਲਦੇ ਨੇ ਕਿ ਰੋਟੀ ਦਾ ਡਾਇਮੀਟਰ ਇੰਨਾ ਹੋਏਗਾ ਸਰਕਮਫਰੈਂਸ ਇੰਨਾ ਹੋਏਗਾ ਅਤੇ ਰੋਟੀ ਦਾ ਭਾਰ ਇੰਨਾ ਹੋਏਗਾ ਅਤੇ ਰੋਟੀ ਦਾ ਰੇਟ ਇਹ ਹੋਏਗਾ। ਰੋਟੀ ਦਾ ਰੇਟ ਤੈਅ ਕਰਨ ਲਈ ਸਰਕਾਰੀ ਨੋਟੀਫਿਕੇਸ਼ਨਾਂ ਦੀ ਡਿਮਾਂਡ ਹੋ ਰਹੀ ਹੈ। ਪਾਰਲੀਮੈਂਟ ਦੇ ਵਿੱਚ ਉਹਨਾਂ ਦੇ MP ਹੱਥ ਵਿੱਚ ਰੋਟੀ ਫੜ ਕੇ ਲਿਆਉਂਦੇ ਨੇ ਕਿ ਸਾਰਾ ਦੇਖੋ ਐਡੀ ਕੁ ਹੈਗੀ ਹੈ ਇਹ ਮੈਨੂੰ 35 ਰੁਪਏ ਦੀ ਮਿਲ ਰਹੀ ਆ ਉੱਥੇ 35 ਰੁਪਏ ਦੀ ਇੱਕ ਸਿੰਗਲ ਚਪਾਤੀ ਮਿਲ ਰਹੀ ਹੈ ਕੀ ਗਰੀਬ ਬੰਦਾ ਖਾਏਗਾ। ਜਦੋਂ ਮੁਲਕ ਦੇ ਵਿੱਚ ਰੋਟੀ ਡਿਸਕਸ ਹੋਣੀ ਸ਼ੁਰੂ ਹੋ ਜਾਏ ਨਾ ਅਤੇ ਪਾਰਲੀਮੈਂਟੇਰੀਅਨ ਕੋਈ ਰੋਟੀ ਲੈ ਕੇ ਆ ਜਾਏ ਦੇਖੋ ਅਸੀਂ ਉਸ ਅਵਸਥਾ ਤੋਂ ਬਹੁਤ ਅੱਗੇ ਆ ਗਏ ਹਾਂ ਜਿੱਥੇ ਰੋਟੀ ਬਾਰੇ ਗਾਣੇ ਹੁੰਦੇ ਸੀਗੇ ਤੁਹਾਨੂੰ ਯਾਦ ਹੈ ਮੇਰੇ ਖਿਆਲ ਮੈਨੂੰ ਕਰੈਕਟ ਕਰਨਾ ਮੇਰੇ ਖਿਆਲ ਮਜਰੂਹ ਸੁਲਤਾਨਪੁਰੀ ਜੀ ਸੁਣਨਾ ਜਿੰਨੀ ਕੋ ਮੇਰੇ ਮਾਂ ਚੋ ਕਾਲੀ ਟੋਪੀ ਲਾਲ ਰੁਮਾਲ ਨਾਲ ਗੂੰਜਦਾ ਨਾ ਸ਼ਾਇਦ ਉਹਨਾਂ ਦੇ ਦੀਵਾਨਾ ਆਦਮੀ ਕੋ ਬਨਾਤੀ ਹੈ ਰੋਟੀਆਂ ਖੁਦ ਨੱਚਤੀ ਹੈ ਨਚਾਤੀ ਹੈ ਰੋਟੀਆਂ ਤੁਸੀਂ ਦੇਖੋ ਅਸੀਂ ਸੋਚਿਆ ਸੀ ਉਸ ਤੋਂ ਅੱਗੇ ਆ ਗਿਆ ਐਕਸੈਪਟ ਪੂਰਾ ਪਿਊਸ਼ ਨੇ ਪਿੱਛੇ ਜੇ ਗਾਣਾ ਲਿਖਿਆ ਇੱਕ ਬਗਲ ਮੇਂ ਚਾਂਦ ਹੋਗਾ ਇੱਕ ਬਗਲ ਮੇਂ ਰੋਟੀਆਂ ਅਦਰਵਾਈਜ਼ ਔਰ ਪਾਕਿਸਤਾਨ ਦੇ ਵਿੱਚ ਅੱਜ ਰੋਟੀ ਬਾਰੇ ਗਾਣੇ ਗਜ਼ਲਾਂ ਗੀਤ ਰੋਟੀ ਇੱਕ ਸਿੱਧਾ ਸਿੱਧਾ ਮੁੱਦਾ ਹੈ ਦੇਸ਼ ਦਾ ਜਿਹੜਾ ਕੰਟਰੀ ਰੋਟੀ ਬਾਰੇ ਅਸੀਂ GDP ਦੀਆਂ ਗੱਲਾਂ ਕਰ ਰਹੇ ਹਾਂ ਸਾਡੇ ਗੱਲ ਹੋਰ ਤਰੀਕੇ ਨਾਲ ਹੋ ਰਹੀ ਹੈ ਅਸੀਂ ਪਰ ਕੈਪੀਟਾ ਇਨਕਮ ਦੀਆਂ ਗੱਲਾਂ ਕਰ ਰਹੇ ਹਾਂ। ਮੈਂ ਤੁਹਾਨੂੰ ਦੱਸਦਾ ਕਿ 3 ਜਿਹੜੀਆਂ ਮੇਜਰ ਰੇਟਿੰਗ ਏਜੰਸੀਜ਼ ਹੈ ਫਿਚ ਹੈ
S&P है, मूडी है, तिना ने आन वाले साल दे जो इस साल दे विच नेगेटिव रिपोर्ट पाकिस्तान दी रेटिंग सी प्लस पता नहीं कुछ रेटिंग है इट्स फिनिश्ड जड़ी के ऑलमोस्ट बिल्कुल नीचे नंबर एक दूसरी गल है बाकी काम टीटीपी कर दे बाकी 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 दी गल है गया कि जिन्या भी चाहे IMF है वर्ल्ड बैंक है उन्होंने सारे ने जो कर्जा नहीं देता वो इसे करके नहीं देता या देन च उन्होंने इतराज़ है या देन दे विच वो ना नुक्कर कर रही हैं उन्होंने पता है भी इस इकोनॉमी दे विच ग्रोथ वास्ते बचे ही कुछ नहीं है तुसी अगर तो इकोनॉमी दे विच कोई पोटेंशियल होवे तुसी ग्रो कर लोगे और सो एक होर गल है उन्होंने एक बहुत वड्डा सैक्टर वो हैगा टूरिज्म सैक्टर क्योंकि उन्होंने को बहुत खूबसूरत इलाके हैं गिलगित बास्तान या होर उत्थे टूरिस्ट आना नहीं चाहता हालत है टूरिज्म उत्थे कित्थे होना मैनू मतलब ये जड़ी प्रॉब्लम ये है ना शिविंदर के जिस वेले मेरे गुआंड मुल्क होवे जिदे च ये हालत जिहड़े तुसी बयान कर रहे होवे फिर मैनू डर ये बहुत लगता है कि एन अनस्टेबल कंट्री नैक्सट टू यू जिदी सियासत टुट जाए मुल्क टुटन ते आ जाए डिफॉल्ट कर जाए उहदा खतरात साडे लई की हो सकते ने एक स्टेबल कंट्री मेरे नाल होवे चाहे मेरी उहदे नाल नाम भी बनदी होवे तां भी मैं उहदे नाल रह सकदा ਇਹਦੇ ਨਾਲ ਤੇ ਮੇਰੀ ਬਣਦੀ ਵੀ ਹੋਵੇ ਤਾਂ ਮੇਰੇ ਲਈ ਮੁਸੀਬਤ ਹੈ ਬਿਲਕੁਲ ਇੱਕ ਗਰੀਬ ਆਦਮੀ ਅਗਰ ਉਹਦੇ ਹੱਥ 'ਚ ਤਲਵਾਰ ਹੋਵੇ ਔਰ ਇੱਕ ਗਰੀਬ ਕੰਟਰੀ ਜਿਹਦੇ ਕੋਲ ਨਿਊਕਲੀਅਰ ਪਾਵਰ ਹੋਵੇ ਔਰ ਸਾਡੇ ਨਾਲ ਜ਼ਿਆਦਾ ਐਟਮਾਂ ਬਣਾਈ ਬੈਠਾ ਹੋਵੇ ਤਾਂ ਉਹ ਕਿੰਨਾ ਕੁ ਖਤਰਨਾਕ ਖਿੱਤੇ ਵਾਸਤੇ ਹੋ ਸਕਦਾ ਭਾਰਤ ਲਈ ਵੈਸੇ ਸਬਕ ਬਹੁਤ ਨਹੀਂ ਪਾਕਿਸਤਾਨ ਸਿਵਿੰਦਰ ਤੁਸੀਂ ਨੋਟਿਸ ਕੀਤਾ ਹੈ ਵੀ ਪੇਸ਼ਾਵਰ ਦੇ ਵਿੱਚ ਆ ਬੰਬ ਫਟਿਆ ਹੈ 100 ਤੋਂ ਵੱਧ ਪੁਲਿਸ ਵਾਲੇ ਮਾਰੇ ਗਏ ਨੇ ਤਿੰਨ ਦਿਨਾਂ ਦੇ ਵਿੱਚ ਉਹ ਖਬਰਾਂ ਦਫਨ ਹੋ ਗਈਆਂ ਨੇ ਕੰਟਰੀ ਦੇ ਵਿੱਚ ਇਹਦੀ ਗੱਲਬਾਤ ਨਹੀਂ ਕਿਉਂਕਿ ਗੱਲਬਾਤ ਭੁੱਖ ਬਾਰੇ ਹੋ ਰਹੀ ਹੈ 2.5 ਦਿਨ ਚੱਲੀ ਰੇਅਰ ਕੰਟਰੀ ਜਿਹਦੇ ਵਿੱਚ ਭੁੱਖ ਬਾਰੇ ਗੱਲ ਹੋ ਰਹੀ ਹੈ 2.5 ਦਿਨ ਖਬਰ ਚੱਲੀ ਹੈ 2.5 ਦਿਨ 2.5 ਦਿਨ ਖਬਰ ਚੱਲੀ ਹੈ ਮੁਸ਼ਕਲ ਨਾਲ ਅੱਛਾ ਦੂਜੀ ਚੀਜ਼ ਹੈ ਨਾ ਜਿਹੜਾ ਤੁਹਾਡਾ ਸਵਾਲ ਬਹੁਤ ਅਹਿਮ ਸੀ ਵੀ ਸਾਡੇ ਲਈ ਕੀ ਸਬਕ ਹੈ ਸਾਡੇ ਲਈ ਬਹੁਤ ਸਬਕ ਨੇ ਐਸਪੀ ਪਹਿਲੀ ਗੱਲ ਤਾਂ ਅਸੀਂ ਇੰਨੇ ਨਿਰਦਈ ਹੋ ਗਿਆ ਸਾਡਾ ਭਾਰਤ ਦਾ ਮੀਡੀਆ ਵੀ ਅਸੀਂ ਸਾਡੇ ਗਵਾਂਢੀ ਮੁਲਕ ਦੇ ਵਿੱਚ ਲੋਕ ਮਰ ਰਹੇ ਤੇ ਖੁਸ਼ ਹੋ ਰਹੇ ਵੀ ਅਸੀਂ ਦੇਖੋ ਜੀ ਸਰ ਇਹ ਕਦੇ ਪਹਿਲਾਂ ਦੇਖਿਆ ਨਹੀਂ ਸੀ ਅਸੀਂ ਆਪਣੇ ਸਮੇਂ ਦੇ ਵਿੱਚ ਇਹ ਬੜੀ ਦੁੱਖ ਵਾਲੀ ਗੱਲ ਹੈ ਦੂਜੀ ਚੀਜ਼ ਜਿਹੜੇ ਲੱਛਣਾਂ ਤੇ ਸਾਡੀਆਂ ਹਕੂਮਤਾਂ ਚੱਲੀਆਂ ਹੋਈਆਂ ਨੇ ਅਮਰੀਕਾ ਦੇ ਥੱਲੇ ਲੱਗੀਆਂ ਹੋਈਆਂ ਹੈਗੀਆਂ ਨੇ ਉਹ ਸਾਡੇ ਲਈ ਵੀ ਆ ਕਿ ਪਾਕਿਸਤਾਨ ਵਾਲੇ ਹਕੂਮਰਾਨਾਂ ਨੇ ਵੀ ਉਹੀ ਕੁਛ ਕੀਤਾ ਸੀਗਾ ਤੇ ਅੱਛਾ ਜਿਸ ਤਰ੍ਹਾਂ ਦੇ ਉਰੇ ਨੈਰੇਟਿਵ ਘੜੇ ਜਾ ਰਹੇ ਨੇ ਜਿਸ ਤਰ੍ਹਾਂ ਦਾ ਉਰੇ ਫਿਰਕੂ ਕਰਨ ਕੀਤਾ ਜਾ ਰਿਹਾ ਬਈ ਇਹਦੇ ਵਿੱਚੋਂ ਨਿਕਲਣਾ ਕੁਛ ਨਹੀਂ ਉਹ ਸਾਡਾ ਗਵਾਂਢੀ ਹੈ ਉਹ ਉਦਾਹਰਣ ਹੈ ਮੈਨੂੰ ਡਰ ਇਹੀ ਹੈ ਵੀ ਉਹ ਜਬ ਦੀਵਾਨਾ ਆਦਮੀ ਕੋ ਬਣਾਤੀ ਆ ਰੋਟੀਆਂ ਤੇ ਨਚਾਤੀਆਂ ਰੋਟੀਆਂ ਨਾ ਫਿਰ ਜਿਹੜੇ ਰੋਟੀ ਖੁਣੋ ਜਿਹੜੇ ਬੰਦੇ ਹੁੰਦੇ ਨੇ ਜਦੋਂ ਉੱਥੇ TTP ਵਰਗੀਆਂ ਸ਼ਕਤੀਆਂ ਹੋਣ ਤੇ ਵਰਤਨ ਵਾਲੇ ਬਹੁਤ ਲੋਕ ਹੋਣ ਤਾਂ ਫਿਰ ਉਹਦੇ ਚੋਂ ਕਈ ਕਿਸਮ ਦੇ ਲੋਕ ਨਿਕਲ ਸਕਦੇ ਨੇ ਜਿਹੜੇ ਕਈ ਕਾਰੇ ਕਰ ਸਕਦੇ ਨੇ ਸਾਡੇ ਮੁਲਕ ਜਿਹੜੇ ਨਾਲੇ ਨੇ ਜਿਹੜੇ ਜਹਾਜ਼ ਜਾ ਕੇ ਵੱਜਦੇ ਨੇ ਵਰਲਡ ਟ੍ਰੇਡ ਟਾਵਰਾਂ ਦੇ ਵਿੱਚ ਜਿਨ੍ਹਾਂ ਦੇ ਬਾਰੇ ਸਾਨੂੰ ਬੜਾ ਡਰ ਰਹਿੰਦਾ ਕਿ ਜੀ ਉੱਥੇ ਉਸ ਧਰਤੀ ਤੋਂ ਅੱਤਵਾਦ ਨਹੀਂ ਆ ਸਕਦਾ ਉਹ ਅਸੀਂ ਉਹ ਜ਼ਰਖੇਜ਼ ਬਣਾ ਰਹੇ ਹਾਂ ਉਸ ਅੱਤਵਾਦ ਲਈ ਜਿਹੜਾ ਸਾਨੂੰ ਕਦੀ ਭੁਗਤਣਾ ਪੈ ਸਕਦਾ ਇਹੋ ਜਿਹੀਆਂ ਧਰਤੀਆਂ ਤੋਂ ਅਜਮਲ ਕਸਾਬ ਹੀ ਪੈਦਾ ਹੁੰਦੇ ਨੇ ਸਾਡੇ ਮੁਲਕ 'ਚ ਵੀ ਨਾਰੇ ਰਹੇ ਨਾ ਸਾਨੂੰ ਨੌਕਰੀ ਨਹੀਂ ਚਾਹੀਦੀ ਤਕੜਾ ਬੰਦਾ ਚਾਹੀਦਾ ਪ੍ਰਧਾਨ ਮੰਤਰੀ ਸੋ ਨਜ਼ਰ ਰੱਖਣੀ ਚਾਹੀਦੀ ਹੈ ਗੁਆਂਢ ਦੇ ਵਿੱਚ ਖਾਸ ਤੌਰ 'ਤੇ ਜਦੋਂ ਆਪਾਂ ਹਮਸਾਏ ਕਹਿੰਦੇ ਹਾਂ ਕੋਰੀਡੋਰ ਮੰਗਦੇ ਫਿਰਦੇ ਹੋਈਏ ਉੱਥੇ ਗੁਰਧਾਮਾਂ ਦੀ ਦਰਸ਼ਨ ਦਿਦਾਰਿਆਂ ਲਈ ਰੋਜ਼ ਸਹਿਕਦੇ ਹੋਈਏ ਅਤੇ ਫਿਰ ਜੇ ਅਸੀਂ ਉਹਨੂੰ ਸੈਲੀਬ੍ਰੇਟ ਕਰਾਂਗੇ ਕਿ ਬੜਾ ਚੰਗਾ ਹੋਇਆ ਪਾਕਿਸਤਾਨ ਨਾਲ ਇਹ ਹੋਇਆ ਤਾਂ ਫਿਰ ਤਾਂ ਹੁਣ ਦੋਨੋਂ ਪਾਸੇ ਇੱਕੋ ਹੀ ਗਾਣਾ ਗਾ ਸਕਦੇ ਹੋ ਗੁਲਜ਼ਾਰ ਸਾਹਿਬ ਦਾ ਵੀ BA ਕੀਆ MA ਕੀਆ ਅਤੇ MA ਕੀਆ ਹਾਲ ਚਾਲ ਠੀਕ ਠਾਕ ਹੈ 70s ਵਾਲਾ ਫਿਰ ਜੇ ਪਰਵਾਹ ਨਹੀਂ ਕਰਨੀ ਤਾਂ ਫਿਰ ਹਾਲ ਚਾਲ ਠੀਕ ਠਾਕ ਹੈ ਫਿਰ ਜਦੋਂ ਆਪਣੀਆਂ ਗੰਢਾਂ ਦਿੱਤੀਆਂ ਹੋਈਆਂ ਉਂਗਲਾਂ ਨਾਲ ਅਤੇ ਦੰਦਾਂ ਨਾਲ ਖੋਲ੍ਹਣੀਆਂ ਪੈਣਗੀਆਂ ਉਸ ਵੇਲੇ ਪਤਾ ਲੱਗੇਗਾ ਕਿ ਮਾੜਾ ਹਮਸਾਇਆ ਮਾੜਾ ਭਰਾ ਮਾੜਾ ਗੁਆਂਢ ਸਾਨੂੰ ਕਿੰਨਾ ਮਹਿੰਗਾ ਪੈ ਸਕਦਾ ਅਤੇ ਜੇ ਉਹਨੂੰ ਸੰਗਤ ਵਾਂਗ ਦੇਖਾਂਗੇ ਗੁਰੂਆਂ ਦੇ ਵਰਸਾਏ ਨਨਕਾਣਾ ਸਾਹਿਬ ਵੱਲ ਦੇਖਾਂਗੇ ਤਾਂ ਫਿਰ ਚਿੰਤਾ ਹੋਏਗੀ ਕਿ ਨਨਕਾਣਾ ਸਾਹਿਬ ਵਿੱਚ ਕੀ ਹੋ ਰਿਹਾ ਗੁਰੂਆਂ ਦੀ ਧਰਤੀ 'ਤੇ ਕੀ ਹੋ ਰਿਹਾ ਕੋਈ ਸਿੱਖ ਕੋਈ ਪੰਜਾਬੀ ਉੱਥੇ ਆਟੇ ਦੀਆਂ ਲਾਈਨਾਂ ਵਿੱਚ ਲੱਗੇ ਕਿਉਂ ਲੋਕਾਂ ਦੀਆਂ ਚੱਪਲਾਂ ਥੱਲੇ ਕੁਚਲੇ ਜਾ ਰਹੇ ਨੇ ਮਰ ਰਹੇ ਨੇ ਅੱਜ ਲਈ ਇੰਨਾ ਹੀ ਧੰਨਵਾਦ ਅਤੇ ਅੱਲਾ ਰਾਖਾ